ਸਤਿ ਸ਼੍ਰੀ ਅਕਾਲ ਵਿਜ਼ਨ ਪੰਜਾਬ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਚੱਲ ਰਿਹਾ ਜੀ ਉਲਟ ਪੁਲਟ ਕਰਾਉਂਦੇ ਅੱਜ ਫਿਰ ਲੈ ਕੇ ਹਾਜ਼ਰ ਹੈ ਰਵੀ ਸੰਗਰਾਹੂ ਜੀ ਵੀ ਪਹੁੰਚ ਚੁੱਕੇ ਨੇ ਸਤਿ ਸ਼੍ਰੀ ਅਕਾਲ ਰਵੀ ਜੀ ਕੀ ਹਾਲ ਚਾਲ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੋੜਾ ਸਾਹਿਬ ਕਿਵੇਂ ਹੋ ਬਹੁਤ ਵਧੀਆ ਜੀ ਤੁਸੀਂ ਦੱਸੋ ਬਹੁਤ ਵਧੀਆ ਤੰਦਰੁਸਤੀ ਆ ਘਰ ਪਰਿਵਾਰ ਸਾਰੇ ਠੀਕ ਨੇ ਹਾਂਜੀ ਹਾਂਜੀ ਬਿਲਕੁਲ ਬਹੁਤ ਵਧੀਆ ਵੈਸੇ ਨਾ ਮਤਲਬ ਬੈਠੇ ਬੈਠੇ ਚਲੋ ਹੁਣ ਜਿਵੇਂ ਤੁਸੀਂ ਪਹਿਲਾਂ ਐਪੀਸੋਡ 'ਚ ਗੱਲ ਨਹੀਂ ਸੀ ਕਰ ਰਹੇ ਵੀ ਖਾਲੀ ਦਿਮਾਗ ਜਿਹੜਾ ਹੁੰਦਾ ਸ਼ੈਤਾਨ ਦਾ ਘਰ ਹੁੰਦਾ ਕੁਛ ਨਾ ਕੁਛ ਮਤਲਬ ਸੋਚਦਾ ਹੀ ਰਹਿੰਦਾ ਅਤੇ ਕੁਛ ਨਾ ਕੁਛ ਦਿਮਾਗ 'ਚ ਚੱਲਦਾ ਹੀ ਰਹਿੰਦਾ ਅਤੇ ਕੁਛ ਸ਼ੈਤਾਨੀ ਤਾਂ ਕੁਝ ਮੇਰੇ ਦਿਮਾਗ 'ਚ ਨਹੀਂ ਆਇਆ ਪਰ ਇਹ ਜ਼ਰੂਰ ਮੈਂ ਸੋਚ ਰਹੀ ਸੀ ਕਿ ਜਦੋਂ ਕਰੋਨਾ ਵਾਇਰਸ ਹੁਣ ਖਤਮ ਹੋ ਜੂਗਾ ਹੈ ਨਾ ਕਰੋਨਾ ਵਾਇਰਸ ਭਾਵੇਂ ਨਾ ਵੀ ਖਤਮ ਹੋਵੇ ਜੇ ਲੋਕਡਾਊਨ ਹੀ ਖਤਮ ਹੋ ਜਾਵੇ ਤਾਂ ਫਿਰ ਲੋਕਾਂ ਦੀ ਜ਼ਿੰਦਗੀ ਕਿੱਦਾਂ ਦੀ ਹੋਊਗੀ ਜਦੋਂ ਵਾਪਸ ਅਗਲਿਆਂ ਨੇ ਆਪਣੇ ਆਪਣੇ ਕੰਮਾਂ ਨੂੰ ਜਾਣਾ ਹੋਊਗਾ ਅਤੇ ਵਾਪਸ ਦੀ ਜ਼ਿੰਦਗੀ ਫਿਰ ਉਵੇਂ ਹੀ ਸ਼ੁਰੂ ਹੋਊਗੀ ਜਿਵੇਂ ਇੱਕ ਮਹੀਨਾ ਪਹਿਲਾਂ ਹੁੰਦੀ ਸੀ ਉਹ ਮਾਹੌਲ ਕਿੱਦਾਂ ਦਾ ਹੋਊਗਾ ਫਿਰ ਬਈ ਮੇਰੇ ਹਿਸਾਬ ਨਾਲ ਤਾਂ ਮਾਹੌਲ ਕੁਛ ਐਵੇਂ ਦਾ ਹੋਊਗਾ ਕਿ ਜਿਵੇਂ ਭੁੱਖੇ ਸ਼ੇਰ ਨੂੰ ਮਾਸ ਨਹੀਂ ਮਿਲ ਜਾਂਦਾ ਉਹ ਇੱਕੇ ਦਮ ਝਪਟ ਕੇ ਪੈਂਦਾ ਉਹਨੂੰ ਵੀ ਚਲੋ ਨਿਕਲ ਜਾਓ ਬਾਹਰ ਸਾਰੇ ਜਿਹਨੇ ਨਹੀਂ ਵੀ ਕਦੇ ਬਾਹਰ ਜਗਿਆ ਸੀਗਾ ਉਹ ਵੀ ਕਹੂਗਾ ਚਲੋ ਬਾਹਰ ਦਾ ਮਾਹੌਲ ਦੇਖ ਕੇ ਆਈਏ ਘੁੰਮਣ ਚੱਲਦੇ ਹਾਂ ਫਲਾਣੀ ਜਗ੍ਹਾ 'ਤੇ ਚੱਲਦੇ ਹਾਂ ਟਮਕਾਣੀ ਥਾਂ 'ਤੇ ਚੱਲਦੇ ਹਾਂ ਆਪਾਂ ਕਈਆਂ ਨੇ ਜਿਹੜੇ ਵਿਚਾਰੇ ਦੁਕਾਨਦਾਰ ਆ ਜਿਨ੍ਹਾਂ ਦੀਆਂ ਪੀੜ੍ਹੀ ਦਰ ਪੀੜ੍ਹੀ ਦੁਕਾਨਾਂ ਚੱਲਦੀਆਂ ਨੇ ਜਾਣੀ ਜਿਨ੍ਹਾਂ ਨੂੰ ਮੈਂ ਆਪਣੇ ਬਾਣੀਏ ਲੋਕ ਕਹਿ ਦਿਆਂ ਉਹ ਭੱਜ ਭੱਜ ਕੇ ਦੁਕਾਨਾਂ ਦੇ ਜਿੰਦਰਾਂ ਨੂੰ ਪਹਿਣਗੇ ਖੋਲ੍ਹ ਦਿਓ ਚੱਕ ਦਿਓ ਝਾੜ ਦਿਓ ਚਲਾ ਦਿਓ ਕੰਮ ਮਤਲਬ ਲੋਕ ਤਾਂ ਬਈ ਨਾਲ ਦੀ ਨਾਲ ਨਿਕਲ ਕੇ ਠਾ ਠਾ ਵੱਜਣਗੇ ਦੁਕਾਨਾਂ ਦੇ ਸ਼ਟਰਾਂ 'ਚ ਵੀ ਕੌਣ ਪਹਿਲਾਂ ਖੋਲ੍ਹਦਾ ਅੱਛਾ ਮੈਨੂੰ ਲੱਗਦਾ ਵੀ ਰੌਣਕ ਜਿੰਨੀ ਅੱਜ ਤੱਕ ਹੋਈ ਨਹੀਂ ਹੋਊਗੀ ਹੈ ਨਾ ਉਨੀ ਰੌਣਕ ਸ਼ੁਰੂ ਹੋ ਜੂਗੀ ਹੁਣ ਹਾਂ ਲੋਕਾਂ ਨੇ ਇਹ ਨਹੀਂ ਸੋਚਣਾ ਜਿੱਥੋਂ ਤੱਕ ਮੈਨੂੰ ਲੱਗਦਾ ਵੀ ਸਰਕਾਰ ਬੇਸ਼ੱਕ ਕਹਿ ਦੇਵੇ ਭਾਈ ਲੋਕਡਾਊਨ ਖਤਮ ਕਰਨ ਲੱਗੇ ਹਾਂ ਕਰਫਿਊ ਖਤਮ ਕਰਨ ਲੱਗੇ ਪਰ ਅਹਤਿਆਤ ਉਵੇਂ ਹੀ ਰੱਖੋ ਕਈ ਤਾਂ ਭਰੇ ਬੈਠੇ ਹੁੰਦੇ ਆ ਇੰਨੀਆਂ ਫਿਲਮਾਂ ਰਿਲੀਜ਼ ਹੋ ਜਾਣੀਆਂ ਸੀ ਇੰਨੀਆਂ ਫਿਲਮਾਂ ਦੇਖ ਲੈਣੀਆਂ ਸੀ ਆਹ ਮੈਂ ਆਪਣੀ ਫੈਮਿਲੀ ਦੇ ਨਾਲ ਜਾਣਾ ਸੀ ਆਹ ਮੈਂ ਆਪਣੇ ਯਾਰਾਂ ਦੋਸਤਾਂ ਦੇ ਨਾਲ ਜਾਣਾ ਸੀ ਉਹਨਾਂ ਨੇ ਨਾਲ ਦੀ ਨਾਲ ਚੱਕਣਾ ਭਰਨੀਆਂ ਗੱਡੀਆਂ ਰੱਖਣਾ ਖਾਣ ਪੀਣ ਵਾਲਾ ਸਮਾਨ ਚੱਲ ਸਿਨੇਮਿਆਂ ਨੂੰ ਚਲੋ ਆਪਣਾ ਘੁੰਮਣ ਵਾਲੀਆਂ ਜਗ੍ਹਾ 'ਤੇ ਚਲੋ ਹਿੱਲ ਸਟੇਸ਼ਨ 'ਤੇ ਲੋਕਾਂ ਨੇ ਨਹੀਂ ਸੋਚਣਾ ਵੀ ਬਿਮਾਰੀ ਖਤਮ ਹੋਈ ਹੈ ਕਿ ਨਹੀਂ ਹੋਈ ਲੋਕਾਂ ਨੇ ਨਹੀਂ ਸੋਚਣਾ ਵੀ ਸਾਨੂੰ ਸਰਕਾਰ ਨੇ ਕੀ ਕਿਹਾ ਬਸ ਇੰਨਾ ਵੀ ਹੁਣ ਸਾਨੂੰ ਪੁਲਿਸ ਨੇ ਨਹੀਂ ਰੋਕਣਾ ਜਿੱਥੇ ਮਰਜ਼ੀ ਚਲੇ ਜਾਈਏ ਨਹੀਂ ਮਤਲਬ ਲੋਕਡਾਊਨ ਜਿਹੜੇ ਕੰਮ ਕਰਦੇ ਨੇ ਹੈ ਨਾ ਜਿਹੜੇ ਨੌਕਰੀ ਪੇਸ਼ਾ ਲੋਕ ਨੇ ਉਹਨਾਂ ਨੇ ਵੀ ਮੇਰੇ ਖਿਆਲ ਨਾਲ ਫਿਰ ਸੰਡੇ ਦੀ ਵੀ ਨਹੀਂ ਛੁੱਟੀ ਮੰਗਿਆ ਕਰਨੀ ਕਿਉਂਕਿ ਹੁਣ ਜੇ ਅਸੀਂ ਕੈਲੰਡਰ ਦੇਖੀਏ ਸਾਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਹੁਣ ਸੰਡੇ ਚੱਲ ਰਿਹਾ ਮੰਡੇ ਚੱਲ ਰਿਹਾ ਟਿਊਜ਼ਡੇ ਚੱਲ ਰਿਹਾ ਕਿ ਕਿਹੜੇ ਦਿਨ ਚੱਲ ਰਿਹਾ ਕਿਉਂਕਿ ਪਤਾ ਸਾਰਾ ਦਿਨ ਘਰੇ ਹੀ ਰਹਿਣਾ ਉਹ ਤੋਂ ਬਾਅਦ ਲੋਕਾਂ ਨੇ ਫਿਰ ਸੰਡੇ ਨਹੀਂ ਦੇਖਣਾ ਜਦੋਂ ਲੋਕਡਾਊਨ ਖੁੱਲ ਗਿਆ ਸਾਰਿਆਂ ਨੇ ਕਹਿਣਾ ਵੀ ਸੱਤੋ ਦਿਨ ਕੰਮ ਕਰਨਾ ਹੁੰਦਾ ਘਰੇ ਨਹੀਂ ਟਿਕਣਾ ਬੜੇ ਵਿਚਾਰੇ ਕਈ ਜਿਹੜੇ ਮਤਲਬ ਜ਼ਿੰਦਗੀ ਦੇ ਦੂਜੇ ਪੜਾਅ 'ਚ ਜਾਣੀ ਜਿਹੜੇ ਵਿਆਹੇ ਵਰੇ ਨੇ ਸਾਡੇ ਵਰਗੇ ਉਹ ਬੜੇ ਦੁਖੀ ਹੋਏ ਬੈਠੇ ਹੋਣੇ ਕਦੋਂ ਲੋਕਡਾਊਨ ਖੁੱਲੂ ਕਦੋਂ ਕਰਫਿਊ ਖੁੱਲੂ ਜਾਈਏ ਆਪਦਾ ਕੰਮ ਕਾਰ ਅਤੇ ਇੱਥੋਂ ਘਰ ਵਾਲੀ ਤੋਂ ਖੜਾ ਛੁੱਟੇ ਨਹੀਂ ਤੁਸੀਂ ਕਿਹਾ ਵੀ ਸਾਡੇ ਵਰਗੇ ਹੈ ਨਾ ਉਹ ਤੋਂ ਬਾਅਦ ਤੁਸੀਂ ਕਿਹਾ ਵੀ ਤੰਗ ਹੋਏ ਬੈਠੇ ਹੋਣੇ ਉਹਨਾਂ 'ਚ ਮੈਂ ਨਹੀਂ ਹੈਗਾ ਨਹੀਂ ਮੈਨੂੰ ਗੱਲਾਂ ਤਾਂ ਕੁਛ ਹੋਰ ਹੀ ਲੱਗ ਰਿਹਾ ਵੈਸੇ ਦੇਖੋ ਪ੍ਰੋਗਰਾਮ ਮੇਰੀ ਵਾਈਫ ਵੀ ਦੇਖਦੀ ਆ ਅੱਛਾ ਤੇ ਲਾਈਵ ਆਡੀਅੰਸ 'ਚ ਵੀ ਸ਼ਾਮਿਲ ਹੋ ਸਕਦੇ ਨੇ ਕੋਈ ਭਰੋਸਾ ਨਹੀਂ ਹੈਗਾ ਹਾਂ ਨਹੀਂ ਹੋ ਸਕਦੇ ਬੇਸ਼ੱਕ ਅੱਛਾ ਵੈਸੇ ਜੇ ਅਸੀਂ ਮਤਲਬ ਪਹਿਲਾਂ ਵੀ ਅਸੀਂ ਸ਼ੋਅ ਦੇ ਵਿੱਚ ਗੱਲ ਕੀਤੀ ਸੀ ਵੀ ਕਰੋਨਾ ਵਾਇਰਸ ਜਦੋਂ ਫੈਲਿਆ ਹੈ ਨਾ ਜਦੋਂ ਉਹਨੂੰ ਹਟਾਉਣਾ ਸੀਗਾ ਬੜੇ ਤਾਂਤਰਿਕ ਲੋਕ ਹੈ ਨਾ ਬੜੇ ਜਿਹੜੇ ਕਹਿੰਦੇ ਨੇ ਵੀ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਜਿਹੜੇ ਬੈਠੇ ਹੁੰਦੇ ਨੇ ਭਾਸ਼ਣ ਦੇਣ ਵਾਸਤੇ ਤੇ ਲੋਕੀ ਵੀ ਕੋਲ ਬੈਠੇ ਹੁੰਦੇ ਨੇ ਸੰਗਤਾਂ ਇੰਨੀਆਂ ਇਕੱਠੀਆਂ ਕੀਤੀ ਹੁੰਦੀਆਂ ਨੇ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਦੇ ਵਿੱਚ ਤੇ ਆਪਣੇ ਆਪ ਨੂੰ ਫਿਰ ਧਾਰਮਿਕ ਸਮਝਦੇ ਨੇ ਅਲੱਗ ਅਲੱਗ ਚੀਜ਼ਾਂ ਦੇ ਬਾਬੇ ਜਿੱਦਾਂ ਦੀ ਅਸੀਂ ਗੱਲ ਕੀਤੀ ਸੀ ਕਿੱਦਾਂ ਕਿੱਦਾਂ ਤਰੀਕੇ ਦੇ ਬਾਬੇ ਨੇ ਇੱਥੇ ਕੀ ਕੀ ਕੰਮ ਕਰਦੇ ਨੇ ਕਿੱਦਾਂ ਦੇ ਕਈ ਤਰੀਕੇ ਦੀ ਚਲੋ ਸਾਹਮਣੇ ਵੀ ਆ ਜਾਂਦੇ ਨੇ ਪਰ ਹੁਣ ਜਦੋਂ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਕਰੋਨਾ ਵਾਇਰਸ ਦਾ ਜਿਹੜਾ ਇਲਾਜ ਹੈ ਉਹ ਨਾ ਤਾਂ ਕੋਈ ਬਾਬਾ ਲੱਭ ਸਕਿਆ ਹੈ ਨਾ ਤੇ ਨਾ ਹੀ ਕੋਈ ਹੋਰ ਲੱਭ ਸਕਿਆ ਤੇ ਉਸ ਤੋਂ ਬਾਅਦ ਜਦੋਂ ਕਰੋਨਾ ਵਾਇਰਸ ਖਤਮ ਹੋ ਜੂਗਾ ਲੋਕਡਾਊਨ ਖਤਮ ਹੋ ਜੂਗਾ ਜਦੋਂ ਫਿਰ ਬਾਬਿਆਂ ਦੇ ਦੀਵਾਨ ਇੱਦਾਂ ਲੱਗਣੇ ਸ਼ੁਰੂ ਹੋਣਗੇ ਜਦੋਂ ਬਾਬੇ ਫਿਰ ਆਪਣੇ ਭਾਸ਼ਣ ਦੇਣੇ ਸ਼ੁਰੂ ਕਰਨਗੇ ਉਦੋਂ ਸੰਗਤ ਪਹੁੰਚੂਗੀ ਕਿ ਨਹੀਂ ਕਿ ਲੋਕਾਂ ਨੂੰ ਅਕਲ ਆ ਜੂਗੀ ਨਹੀਂ 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 ਇਹ ਪਤਾ ਕੀ ਆ ਵਹਿਮ ਹੀ ਆ ਅਸੀਂ ਭਾਈ ਭਾਰਤ ਦੇਸ਼ ਦੇ ਵਾਸੀ ਹਾਂ ਅਸੀਂ ਇੰਡੀਆ ਦੇ ਰਹਿਣ ਵਾਲੇ ਹਾਂ ਅਸੀਂ ਇਹਨਾਂ ਚੀਜ਼ਾਂ ਨੂੰ ਐਂ ਨਹੀਂ ਕਰਨਾ ਕਿ ਭਾਈ ਇਹਨਾਂ ਬਾਬਿਆਂ ਨੇ ਕੀਤਾ ਕੁਛ ਨਹੀਂ ਸੀ ਇਹਨਾਂ ਬਾਬਿਆਂ ਨੇ ਤਾਂ ਕੋਈ ਕਰਾਮਾਤ ਕੀਤੀ ਨਹੀਂ ਅਸੀਂ ਇਹਨਾਂ ਨੂੰ ਭੁੱਲ ਜਾਣਾ ਨਾ ਅਸੀਂ ਪਤਾ ਕੀ ਕਰਨਾ ਅਸੀਂ ਹੁਣ ਸੁੱਖਣਾ ਸੁੱਖਲੀਆਂ ਹੋਣੀਆਂ ਸਾਡੀਆਂ ਬੀਬੀਆਂ ਨੇ ਮਾਈਆਂ ਨੇ ਅੱਛਾ ਵੀ ਮੈਂ ਫਲਾਣੇ ਵਾਲੇ ਬੋਰੀ ਵਾਲੇ ਬੋਰੇ ਵਾਲੇ ਪਤਾ ਨਹੀਂ ਕਿੱਥੋਂ ਵਾਲੇ ਟਾਹਲੀ ਵਾਲੇ ਪਿਪਲੀ ਵਾਲੇ ਬਾਬਿਆਂ ਦਾ ਮੈਂ ਜਾ ਕੇ ਉੱਥੇ ਮੈਂ ਫਲਾਣੀ ਚੀਜ਼ ਚੜ੍ਹਾ ਕੇ ਆਊਂ ਜੇ ਸਾਡਾ ਸਾਰਾ ਪਰਿਵਾਰ ਤੰਦਰੁਸਤ ਰਹੇ ਅਤੇ ਕਰੋਨਾ ਵਾਇਰਸ ਖਤਮ ਹੋ ਜਾਵੇ ਹੁਣ ਇਹਦੇ ਵਿੱਚ ਇਹ ਵੀ ਨਹੀਂ ਕਿ ਸਾਰੀ ਦੁਨੀਆ ਨੇ ਮਰ ਜਾਣਾ ਜਾਂ ਸਾਰੇ ਪਰਿਵਾਰਾਂ ਦੇ ਵਿੱਚੋਂ ਕਿਸੇ ਨਾ ਕਿਸੇ ਨੂੰ ਇਹ ਬਿਮਾਰੀ ਆ ਜਾਣੀ ਆ ਖੁਦਾ ਨਾ ਖਾਸਤਾ ਐਵੇਂ ਹੋਵੇ ਔਰ ਐਂ ਹੋਣਾ ਵੀ ਨਹੀਂ ਜਿਸ ਤਰੀਕੇ ਦੇ ਅਹਤਿਆਤ ਚੱਲੀ ਜਾਂਦੇ ਆ ਜਿਹੜੀਆਂ ਬੀਬੀਆਂ ਨੇ ਇਹ ਗੱਲ ਹੋ ਗਈ ਪੂਰੀ ਵੀ ਸਾਡੇ ਪਰਿਵਾਰ ਦੇ ਵਿੱਚ ਭਾਈ ਇਹ ਜਿਹੜਾ ਵਾਇਰਸ ਹੀ ਆਇਆ ਵੀ ਨਹੀਂ ਅਤੇ ਦੁਨੀਆ 'ਚੋਂ ਵੀ ਖਤਮ ਹੋ ਗਿਆ ਸਾਡੇ ਪਿਪਲੀ ਵਾਲੇ ਟਾਹਲੀ ਵਾਲੇ ਨਿੰਮ ਵਾਲੇ ਬਾਬੇ ਨੇ ਠੀਕ ਕਰਤਾ ਆਹ ਬਾਬੇ ਨੇ ਝਾੜੇ ਵਾਲੇ ਨੇ ਠੀਕ ਕਰਤਾ ਹੁਣ ਮੈਂ ਬਾਬੇ
ਪਿਤਾ ਜੀ ਵੀ ਆਪਣੇ ਵੱਲੋਂ ਤੇ ਕੁਝ ਨਾ ਕੁਝ ਕਰ ਰਹੇ ਹੋਣੇ, ਉੱਥੇ ਬੈਠੇ ਕੋਈ ਨਾ ਕੋਈ ਮੰਤਰ ਤੰਤਰ ਜਾਪ ਕਰ ਰਹੇ ਹੋਣੇ ਵੀ ਮੇਰੇ ਜਿਹੜੇ ਭਗਤ ਨੇ ਸਾਰੇ ਹਨਾ ਠੀਕ ਠੀਕ ਰਹਿਣ, ਉਹਨਾਂ ਨੂੰ ਨਾ 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 ਉਹਨਾਂ ਦੇ ਮੰਤਰ ਜੰਤਰ ਤਾਂ ਆਪ ਸਾਰੇ ਪਾਪ ਜਿਹੜੇ ਨੇ ਉਹ ਉਹਨਾਂ ਦੇ ਉਹ ਡਰ ਕੇ ਭੋਰੇ 'ਚ ਵੜੇ ਬੈਠੇ ਨੇ, ਉਹ ਤਾਂ ਆਪਦੇ ਕੁੰਡੇ ਨਹੀਂ ਖੋਲਦੇ ਵੀ ਕਿਤੇ ਕਰੋਨਾ ਵਾਇਰਸ ਆ ਕੇ ਬੂਹਾ ਨਾ ਖੜਕਾ ਦੇ। ਉਹ ਤਾਂ ਜਿਹੜੇ ਭਗਤ ਨੇ ਨਾ ਜਾਂ ਜਿਹੜੇ ਭਗਤਣੀਆਂ ਨੇ ਇਹ ਭਰੋਸਾ ਉਹ ਕਰਦੇ ਨੇ ਉਹਨਾਂ 'ਤੇ। ਹੁਣ ਬਈ ਇੱਕ ਚੀਜ਼ 'ਤੇ ਹੈਰਾਨ ਆ ਵੀ ਬੜੀਆਂ ਵੀਡੀਓ ਦੇਖਦੇ ਹੁੰਦੇ ਸੀ ਜਾਂ ਸੋਸ਼ਲ ਮੀਡੀਆ 'ਤੇ, ਅੱਜ ਵੀ ਜੇ ਸਰਚ ਕਰੀਏ ਤਾਂ ਕਈ ਬਾਬੇ ਆ ਜਾਂਦੇ ਨੇ ਸਾਹਮਣੇ ਜਿਹੜੇ ਉਹਨੂੰ ਦੱਸਦੇ ਹੁੰਦੇ ਆ। ਬੀਬੀ ਅੱਗੋਂ ਦੱਸਦੀ ਆ ਬੇ ਭਾਈ ਮੇਰੇ ਤਾਂ ਪੈਸਾ ਘਰੇ ਨਹੀਂ ਖੜਦਾ, ਬੇ ਮੇਰਾ ਤਾਂ ਵੱਡਾ ਪੁੱਤ ਬੜਾ ਹੀ ਦੁਖੀ ਕਰਦਾ, ਉਹ ਤਾਂ ਨਸ਼ਾ ਕਰਦਾ, ਦਾਰੂ ਪੀ ਕੇ ਮੇਰੀ ਨੂੰਹ ਨੂੰ ਕੁੱਟਦਾ ਅਤੇ ਮੈਨੂੰ ਗਾਲਾਂ ਕੱਢਦਾ। ਬਾਬਾ ਜੀ ਉਹ ਕਹਿੰਦਾ ਅੱਗੋਂ ਬਾਬਾ ਫਿਰ ਜਵਾਬ ਦਿੰਦਾ ਬੀਬੀ ਤੁਹਾਡੇ ਜਿੱਥੇ ਤੁਹਾਡਾ ਚੁੱਲ੍ਹਾ ਉਹ ਤੋਂ 10 ਕਰਮ ਦੂਰ ਜਾ ਕੇ ਇੱਕ ਉੱਥੇ ਨਾ ਟੋਆ ਪੱਟੋ, ਟੋਏ ਦੇ ਥੱਲੇ ਤੁਹਾਡੇ ਖਜ਼ਾਨਾ, ਉੱਥੇ ਤੁਹਾਡੇ ਪੁਰਖਿਆਂ ਦੀ ਜਗ੍ਹਾ ਸੀ, ਤੁਹਾਡੇ ਪੁਰਖ ਉੱਥੇ ਮੰਜਾ ਡਾਉਂਦੇ ਹੁੰਦੇ ਸੀ, ਤੁਹਾਡੇ ਪੁਰਖ ਉੱਥੇ ਮੰਜੇ 'ਤੇ ਬਹਿ ਕੇ ਧੁੱਪ ਸੇਕਦੇ ਹੁੰਦੇ ਸੀ, ਤੁਸੀਂ ਉਸ ਜਗ੍ਹਾ 'ਤੇ ਕੰਧ ਕੱਢ ਲਈ, ਤੁਸੀਂ ਉਸ ਜਗ੍ਹਾ 'ਤੇ ਫਲਾਣੀ ਚੀਜ਼ ਰੱਖਤੀ। ਅਗਲਾ ਕਹਿੰਦਾ ਨਹੀਂ ਬੂ ਨਹੀਂ, ਇਹ ਤਾਂ ਬਾਬਾ ਤਾਂ ਬਾਹਲਾ ਕਰਮਾਂ ਵਾਲਾ, ਇਹ ਤਾਂ ਬਾਬਾ ਸਾਰਾ ਕੁਛ ਹੀ ਪਤਾ। ਹੁਣ ਬੁੜੀਆਂ ਅੱਧਾ ਕੁਛ ਤਾਂ ਆਪ ਹੀ ਦੱਸ ਦਿੰਦੀਆਂ। ਹੁਣ ਜਿਹੜਾ ਆਹ ਟਾਈਮ ਹੈ ਉਦੋਂ ਤਾਂ ਬਾਬਿਆਂ ਨੇ ਕਿਸੇ ਨੂੰ ਨਹੀਂ ਦੱਸਿਆ ਕਿ ਭਾਈ ਕਰੋਨਾ ਵਾਇਰਸ ਆ ਜਿਹੜਾ ਉਹ ਇੰਨੇ ਦਿਨਾਂ ਨੂੰ ਇੰਨੇ ਟਾਈਮ ਬਾਅਦ ਸਾਡੇ ਪੰਜਾਬ 'ਚ ਆ ਜਾਣਾ, ਸਾਡੇ ਪੰਜਾਬ ਦੇ ਫਲਾਣੇ ਬੰਦੇ 'ਚ ਆ ਜਾਣਾ ਜਾਂ ਫਲਾਣੇ ਜ਼ਿਲ੍ਹਿਆਂ 'ਚ ਆ ਜਾਣਾ। ਅੱਜ ਤੱਕ ਕਿਸੇ ਬਾਬੇ ਨੇ ਇਹੋ ਜਿਹੀ ਕੋਈ ਭਵਿੱਖਬਾਣੀ ਕੀਤੀ ਨਹੀਂ। ਤਾਂ ਕਹਿੰਦੇ ਨੇ ਵੀ ਲੋਕੀ, ਤਾਂ ਹੀ ਤਾਂ ਮੈਂ ਕਿਹਾ ਕਹਿੰਦੇ ਨੇ ਵੀ ਲੋਕੀ ਹੁਣ ਉਹਨੂੰ ਲੱਭ ਰਹੇ ਨੇ ਜਿਹਨੇ ਕਿਹਾ ਸੀਗਾ ਵੀ ਵਿਆਹ ਦਾ ਇਹ ਬਹੁਤ ਸ਼ੁਭ ਟਾਈਮ ਹੈ ਜਾਂ ਤੁਹਾਡੇ ਕਾਰੋਬਾਰ ਦਾ ਬਹੁਤ ਸ਼ੁਭ ਟਾਈਮ ਹੈ ਵੀ ਇਸ ਵੇਲੇ ਤੁਸੀਂ ਆਪਣੇ ਇਸ ਦਿਨ ਤੁਸੀਂ ਜਾ ਕੇ ਇਹਦੇ ਗਊ ਮਾਤਾ ਨੂੰ ਕੀ ਰੋਟੀ ਖਵਾਉਣੀ ਹੈ ਅਤੇ ਤੁਹਾਡਾ ਕੰਮ ਜਿਹੜਾ ਹੈ ਸਾਰਾ ਬਿਲਕੁਲ ਹੁਣ ਤੋਂ ਬਸ 2 ਦਿਨ ਬਾਅਦ ਹੀ ਕੰਮ ਬਿਲਕੁਲ ਸਹੀ ਚੱਲਣਾ ਸ਼ੁਰੂ ਹੋ ਜੂਗਾ। ਤੁਹਾਡਾ ਬਹੁਤ ਸ਼ੁਭ ਸਮਾਂ ਚੱਲ ਰਿਹਾ, ਇਸ ਸਮੇਂ ਦੇ ਵਿੱਚ ਤੁਸੀਂ ਜਿਹੜਾ ਜਿਹੜਾ ਕੰਮ ਕਰੋਗੇ ਤੁਹਾਡੇ 'ਤੇ ਧਨ ਦੀ ਵਰਸ਼ਾ ਹੋਣੀ ਸ਼ੁਰੂ ਹੋ ਜੂਗੀ। ਲੋਕਾਂ ਨੂੰ ਨਾ ਆਪਣੀ ਰਾਸ਼ੀ ਸੁਣਨ ਦਾ ਅਤੇ ਪੜ੍ਹਨ ਦਾ ਕਈਆਂ ਨੂੰ ਬੜਾ ਸ਼ੌਂਕ ਹੁੰਦਾ ਵੀ ਅੱਜ ਮੇਰੀ ਰਾਸ਼ੀ 'ਚ ਕੀ ਹੈ। ਆ ਕਈਆਂ ਨੇ ਤਾਂ ਪਿਛਲੇ ਦਿਨਾਂ 'ਚ ਜਦੋਂ ਕਰਫਿਊ ਸ਼ੁਰੂ ਹੁੰਦਾ ਹੈ ਕਈਆਂ ਨੇ ਤਾਂ ਰਾਸ਼ੀ ਪੜ੍ਹ ਕੇ ਘਰੋਂ ਚੱਲ ਪਏ ਸੀ ਵੀ ਅੱਜ ਤੁਹਾਡੀ ਯਾਤਰਾ ਬੜੀ ਲਾਭਕਾਰੀ ਰਹਿਣੀ ਆ, ਅਤੇ ਅਗਲੇ ਪਹਿਲੇ ਨਾਕੇ 'ਤੇ ਅਗਲੇ ਢਾ ਲੈਂਦੇ ਸੀ ਅਤੇ ਯਾਤਰਾ ਉੱਥੋਂ ਹੀ ਖਤਮ ਕਰ ਦਿੰਦੇ ਸੀ ਜਦੋਂ ਅਗਲਾ ਕਹਿੰਦਾ ਸੀ ਹੁਣ ਬੈਠਾ ਕਿ ਮੂਧਾ ਪੈ ਜਾ, ਉੱਥੋਂ ਟ੍ਰੀਟਮੈਂਟ ਕਰਕੇ ਤੋਰ ਦਿੰਦੇ ਸੀ। ਅਤੇ ਹੁਣ ਜਿਹੜੀਆਂ ਰਾਸ਼ੀਆਂ ਪੜ੍ਹਦੇ ਹੁਣ ਰਾਸ਼ੀਆਂ ਕੁਛ ਇੱਦਾਂ ਦੀਆਂ ਹੁੰਦੀਆਂ ਨੇ ਵੀ ਭਾਈ ਅੱਜ ਤੁਹਾਡਾ ਦਿਨ ਬੜਾ ਮਾੜਾ ਚੱਲਣ ਵਾਲਾ ਅਤੇ ਇਸ ਕਰਕੇ ਘਰ ਵਾਲੀ ਜਿਹੜੇ ਜਿਹੜੇ ਕੰਮ ਕਹਿੰਦੀ ਆ ਉਹ ਘਰੇ ਚੁੱਪ ਕਰਕੇ ਕਰਦਿਆ ਕਰੋ, ਨਹੀਂ ਤਾਂ ਫਿਰ ਘਰ ਵਾਲੀ ਜੇ ਬਾਹਰ ਕੱਢ ਦੇਗੀ ਤਾਂ ਪੁਲਿਸ ਵਾਲਿਆਂ ਨੇ ਡੰਡੇ ਵੀ ਮਾਰਨੇ ਆ। ਇਸ ਕਰਕੇ ਹੁਣ ਰਾਸ਼ੀਆਂ ਅੱਜ ਕੱਲ੍ਹ ਇੱਦਾਂ ਦੀਆਂ ਨੇ ਭਾਈ, ਭਰੋਸਾ ਕਰਨਾ ਚਾਹੀਦਾ। ਠੀਕ ਹੈ ਆਪਣੇ ਆਪਣੇ ਜਿਹੜੇ ਧਰਮ ਨੇ, ਧਰਮ ਕੋਈ ਮਾੜਾ ਨਹੀਂ, ਕਿਸੇ ਧਰਮ ਦਾ ਗੁਰੂ ਦੇਵਤਾ ਮਾੜਾ ਨਹੀਂ ਹੈਗਾ, ਘਰੇ ਬੈਠ ਕੇ ਨਾਮ ਲੈ ਲਓ, ਕਿਸੇ ਅੰਧ ਵਿਸ਼ਵਾਸ 'ਚ ਨਾ ਪਾਓ, ਕਿਸੇ ਬਾਬੇ ਭੂਪਣੇ ਦੇ ਜਾ ਕੇ ਤੁਸੀਂ ਉੱਥੇ ਜਾ ਕੇ ਜਿਹੜਾ ਨੱਕ ਨਾ ਰਗੜੋ, ਇਹ ਸਿਰਫ ਆਪਦੇ ਜਿਹੜੇ ਗੁਰੂ ਦੇ ਵਿੱਚ ਤੁਹਾਡੀ ਸ਼ਰਧਾ ਹੈਗੀ ਆ ਉਹਦਾ ਘਰ ਬੈਠ ਕੇ ਜਾਪ ਕਰ ਲਓ, ਅਤੇ ਸਾਡੇ ਡਾਕਟਰਜ਼ ਸਾਡੀ ਜਿਹੜੀ ਟੈਕਨੋਲੋਜੀ ਆ ਸਾਇੰਸ ਦੇ ਹਿਸਾਬ ਦੇ ਨਾਲ ਉਹਦਾ ਇਲਾਜ ਕਰਨ ਦੇ ਵਾਸਤੇ ਹਰ ਇੱਕ ਜਿਹੜਾ ਸੰਭਵ ਕਦਮ ਹੈ ਉਹ ਚੱਕ ਰਹੇ ਆ, ਸਰਕਾਰਾਂ ਲੱਗੀਆਂ ਹੋਈਆਂ, ਅਤੇ ਇਹ ਤਾਂ ਸਮਝਣ ਦੀ ਗੱਲ ਆ ਵੀ ਭਾਈ ਇਹ ਬਾਬਿਆਂ ਨੇ ਠੀਕ ਕਰਨਾ ਹੈ ਅਤੇ ਜਾਂ ਫਿਰ ਡਾਕਟਰਾਂ ਨੇ ਠੀਕ ਕਰਨਾ ਹੈ। ਬਿਲਕੁਲ, ਇੱਕ ਗੱਲ ਮੈਂ ਹੋਰ ਸੋਚ ਰਹੀ ਸੀ, ਇੱਥੇ ਵੀ ਜਿਵੇਂ ਪਹਿਲਾਂ ਬਹੁਤ ਸਾਰਾ ਪੈਸਾ ਜਿਹੜਾ ਲੱਗਿਆ ਹੈ ਨਾ, ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਨੇ, ਬਹੁਤ ਸਾਰੇ ਮੰਦਰ ਨੇ ਸਾਡੇ ਇੱਥੇ, ਬਹੁਤ ਸਾਰੀਆਂ ਮੂਰਤੀਆਂ ਇੱਦਾਂ ਦੇ ਨੇ ਜਿਹੜੀਆਂ ਬਣਾਈਆਂ ਹੋਈਆਂ ਨੇ, ਪਰ ਜੇ ਅਸੀਂ ਗੱਲ ਕਰੀਏ ਫਿਰ ਸਾਡੇ ਐਜੂਕੇਸ਼ਨ ਸਿਸਟਮ ਦੀ, ਸਾਡੀ ਮੈਡੀਕਲ ਫੈਸਿਲਿਟੀਜ਼ ਦੀ, ਸਾਡੇ ਜਿੰਨੇ ਵੀ ਇਹ ਅਦਾਰੇ ਨੇ ਜਿਹੜੇ ਦੇਸ਼ ਨੂੰ ਅੱਗੇ ਲਿਜਾਣ ਵਾਲੇ ਨੇ, ਇਹ ਚੀਜ਼ਾਂ ਬਹੁਤ ਘੱਟ ਨੇ। ਉਸ ਚੀਜ਼ ਦੀ ਜਿਹੜੀ ਘਾਟ ਹੈ ਹੁਣ ਸਾਨੂੰ ਮਹਿਸੂਸ ਹੋਣੀ ਸ਼ੁਰੂ ਹੋ ਰਹੀ ਹੈ ਜਦੋਂ ਕਰੋਨਾ ਵਾਇਰਸ ਦਾ ਕਹਿਰ ਚੱਲ ਰਿਹਾ, ਵੀ ਸਾਡੇ ਕੋਲ ਮੈਡੀਕਲ ਫੈਸਿਲਿਟੀਜ਼ ਕਿੰਨੀ ਘੱਟ ਨੇ, ਅਸੀਂ ਕਿੰਨੀ ਪਿੱਛੇ ਚੱਲ ਰਹੇ ਹਾਂ। ਤਾਂ ਤੁਹਾਨੂੰ ਲੱਗਦਾ ਵੀ ਕਰੋਨਾ ਵਾਇਰਸ ਤੋਂ ਬਾਅਦ, ਲੋਕਡਾਊਨ ਤੋਂ ਬਾਅਦ ਹੁਣ ਇਹ ਸਾਰੀਆਂ ਚੀਜ਼ਾਂ 'ਤੇ ਧਿਆਨ ਦੇਣਾ ਸ਼ੁਰੂ ਹੋਊਗਾ, ਨਾ ਕਿ ਅਸੀਂ ਕੋਈ ਮੂਰਤੀਆਂ ਬਣਾ ਲਈਏ ਜੀ, ਅਸੀਂ ਹੋਰ ਨਵੀਂ ਚੀਜ਼ ਕੋਈ ਕਰ ਲਈਏ ਜੀ, ਬਲਕਿ ਉਹਦੀ ਬਜਾਏ ਹੁਣ ਜਿਹੜੀ ਪਹਿਲ ਦਿੱਤੀ ਜਾਊਗੀ ਉਹ ਐਜੂਕੇਸ਼ਨ ਸਿਸਟਮ ਨੂੰ ਜਾਂ ਫਿਰ ਮੈਡੀਕਲ ਨੂੰ ਦਿੱਤੀ ਜਾਊਗੀ। ਨਹੀਂ, ਮੈਨੂੰ ਜਿੱਥੋਂ ਤੱਕ ਲੱਗਦਾ ਭਾਈ, ਸਾਡੀ ਸਭ ਤੋਂ ਪਹਿਲਾਂ ਸਾਡੀ ਮਾਨਸਿਕਤਾ ਕਿੱਥੇ ਆ? ਸਾਡੀ ਤਾਂ ਜਦੋਂ ਦਾ ਮੈਨੂੰ ਲੱਗਦਾ ਕਿ ਭਾਰਤ ਹੋਂਦ 'ਚ ਆਇਆ ਉਦੋਂ ਤੋਂ ਹੀ ਸਾਡੀ ਤਾਂ ਮਾਨਸਿਕਤਾ ਇਹੀ ਆ ਵੀ ਭਾਈ 4-5 ਧਰਮ ਹੈ, ਸਾਨੂੰ ਫਲਾਣੇ ਧਰਮ ਤੋਂ ਦੂਰ ਰਹਿਣਾ ਚਾਹੀਦਾ, ਫਲਾਣੇ ਧਰਮ ਦੇ ਲੋਕਾਂ ਦੇ ਨਾਲ ਅਸੀਂ ਲੜਦੇ ਹੁੰਦੇ ਹਾਂ, ਉਹਨਾਂ ਦੇ ਨਾਲ ਸਾਡੇ ਯੁੱਧ ਲੱਗਦੇ ਹੁੰਦੇ ਆ, ਅਤੇ ਅਸੀਂ ਮਤਲਬ ਧਰਮਾਂ ਦੇ ਵਿੱਚ ਵੰਡੇ ਹੋਏ ਹਾਂ। ਜਿੰਨਾ ਟਾਈਮ ਆਹ ਚੀਜ਼ਾਂ ਖਤਮ ਨਹੀਂ ਹੋ ਜਾਂਦੀਆਂ ਸਾਡੇ 'ਚੋਂ, ਸਾਡੇ ਦੇਸ਼ 'ਚੋਂ ਖਤਮ ਨਹੀਂ ਹੁੰਦੀਆਂ, ਸਾਡੀ ਸੋਚ 'ਚੋਂ, ਸਾਡੀ ਮਾਨਸਿਕਤਾ 'ਚੋਂ ਖਤਮ ਨਹੀਂ ਹੁੰਦੀਆਂ, ਉਨਾ ਟਾਈਮ ਅਸੀਂ ਇਹਨਾਂ ਚੀਜ਼ਾਂ 'ਤੇ ਧਿਆਨ ਨਹੀਂ ਦੇ ਸਕਦੇ। ਹੁਣ ਮੈਂ ਉਸੇ ਗੱਲ 'ਤੇ ਹੀ ਆਉਣਾ ਕਿ ਜਿਹੜੀ ਸਾਡੀ ਰਾਜਨੀਤੀ ਟਿਕੀ ਹੋਈ ਹੈ, ਸਾਡੀਆਂ ਜਿੰਨੀਆਂ ਵੀ ਸੱਤਾ ਨੇ, ਚਾਹੇ ਉਹ ਸੂਬੇ ਦੀ ਹੋਵੇ ਜਾਂ ਫਿਰ ਸਾਡੀ ਕੇਂਦਰ ਦੀ ਹੋਵੇ, ਭਾਈ ਟਿੱਕੀਆਂ ਤਾਂ ਉਹ ਧਾਰਮਿਕ ਮੁੱਦਿਆਂ 'ਤੇ ਨੇ,
टिकियां तो वह धर्मां ते एक दूजे दे विच सियासत करके लड़ा के गद्दियां प्राप्त करनियां ते आ, फिर ये चीज़ किवें खत्म हो जाऊगी? ये तो इउं ही चलूगी। हाँ, जे किते कोई चंगे लीडर दे दिमाग च गल आ गई भी भाई लोग सानू हुण ताने मारनगे मेहने मारनगे ते सानू कुछ ना कुछ कर देना चाहिए, थोड़े समय वास्ते असी आ मूर्तियां वाला काम रोक के थोड़ा जिहा असी मैडिकल वाले पासे आ जाइए थोड़े समय वास्ते चलूगा, पर जे आपां इह कहीए भी इह खत्म हो जाऊगा, खत्म होना तो मुश्किल है। बिल्कुल, तो वैसे असी तुसी फटाफट भावुक बड़े हो जाते हो, तो फटाफट राजनीति वालों तुर पैंने हो, उत्थे भी असी जावांगे, पर असी गल कर रहे थे कि लॉकडाउन तो बाद की कुछ होगा। मैं लगता भी घरे किसी ने रोटी रूटी नहीं बनानी सारे ने, मतलब फिर तो बाहरों की सोचना भी असी मतलब कितों की मंगाइए या फिर असी आप बाहर जाके खाइए, घर का पक्या मेरे ख्याल किसी ने नहीं खाना। तो वेबर पर ना मेरे ख्याल हूँ भी नहीं लोग हटते, हूँ भी जी मतलब जो गल कर लिए होम डिलीवरी की, तो हूँ भी होम डिलीवरी होंगी, हूँ भी रस्ते जाते जाते कोई जोमैटो वाला घूमता हूँ, कोई होर जो कोई हैगी तो वो आला घूमता हूँ, भी असी मतलब होम डिलीवरी हले भी इस टाइम से भी चल रही है, किसी ने गल है भी असी पिज़्ज़ा मंगा लिए, किसी ने भी असी बर्गर मंगा लिए, भी जे जीभ का जो टेस्ट है असी हले भी नहीं ये होया भी असी बाहर का हले ना मंगाइए, की पता भाई कि हत्था ने बनाया, की पता जिन्हें बनाया उन्होंने कोरोना वायरस हो, पता जो लेके आ रहा उन्होंने कोरोना वायरस हो, पता जे हत्था ने फड़िया की पता उन्होंने कोरोना वायरस हो, डिलीवरी बॉयज़ में भी हो सकता है की पता उस घर कोरोना वायरस नहीं हो। चीज़ा सानू हाले भी समझ नहीं आईया, ये चीज़ा असी हाले भी समझ नहीं सके, इस गल ते मैं आऊँगा, पर उस तो पहला ये चीज़ जी आप कर रहे हैं सोशल डिस्टेंसिंग की है, असी सोशल डिस्टेंस किमें रखना है, किन्नी क दूरी पर रहना, असी किस बंदे नूं मिलना किहड़े नूं नहीं मिलना, ये तो हले जी दूर हैं। जे मैं अज की गल करिए जिस वेले आप प्रोग्राम रिकॉर्ड कर रहे हैं ना, एक चीज़ जी मैं अखी डिठा जिन्हों कह सकते हैं हाल मैं दसन लगा कि मैं फील्ड दे विच जदों गया अज कवरेज दे वास्ते, तां उत्थे एक किसान दी कट्टी हुई कणक नूं अग लग गई है। अच्छा जी, बहुत माड़ी चीज़ है, बहुत गलत होया, और किसान दी चाहे कणक कट्टी हुई सी जां फिर नहीं कट्टी सी, दोनों हालतों दे विच अजिहा होना बहुत माड़ा है, हालात किसान दे बहुत माड़े है, पर उत्थे की सी कि थोड़ी जगह सीगी कि उत्थे अग लगी हुई सी ते उन्हों बजाउना लाजमी सी क्योंकि उहदे आले दुआले जिहड़ी कणक सी उह हले कट्टण वाली सी जी। हुण उत्थे जिहड़ी गल मैं नोट कीती वी उहनूं बजाउणा जरूरी सी, उत्थे लोक पहुँचणे जरूरी सी, पर जिहड़े अग बजाउण वाले उह कुछ क लोक सीगे, जाणी तीन चार क ट्रैक्टरां ते सीगे, दो तीन क पाणी वालीआं टैंकीआं सीगीआं, जाणी कम सिर्फ उत्थे 20 क लोकां दा सीगा जिहड़ा वख वख साधनां ते चढ़ के कीता जा रिहा सीगा, पर उहनूं देखण वाले लोकां दी भीड़ मैं कहना है भी किते दिल्ली वाले मैट्रो ते जे तुसी जाओ जिन्नी क भीड़ उत्थे तुसी दूरों खड़ के देखोगे मेरे हिसाब नाल इन्नी भीड़ उत्थे बाहर कट्ठी हुई हुई सी, सिर्फ देखण वालेयां दी भी किहदे बाण नूं अग लग गई सी, किवें बुझा रहे ने, की हो रहा की नहीं हो रहा। हुण जे आपां सोशल डिस्टेंसिंग की गल करिए तां भाई उत्थे तां शरेआम उड्डियां तज्जियां, शरेआम लोग एक दूजे के मूँह नाल मूँह ला के गल्लां करदे नज़र आए, हुण उन्हां जिन्ने क लोग उत्थे मेरे हिसाब नाल 400-500 बंदा उत्थे अंदाजन आले दुआले खड़ा होना, हुण उहनूं 400-500 बंदे दे विच्चों जे एक जां दो बंदे ही इहो जे होए तां इहदा मतलब भाई 30-40 नूं लै डुब्बणा उहनां ने। सोशल डिस्टेंसिंग ना रोकण वाला मैनू कोई नज़र नहीं आया रोकण वाला, मतलब कि ठीक है वो जिहड़ा नुकसान हो रहा सी वो बचाउणा जरूरी सी, पर जे साडी मानसिकता यह होंदी कि चलो ठीक है उत्थे 10 बंदे लगे पए ने 20 बंदे लगे पए उत्थे कंट्रोल करन दे वास्ते, भाई देखण वाले किहड़ा उत्थे मेला लगा जिहड़ा तुसीं देखण गए हो, साडी मानसिकता यह होवे भाई सोशल डिस्टेंसिंग सरकार ते साडा सिहत विभाग है जिहड़ा वह लगातार कोशिश करदा भाई तुसीं दूर रहो दूर रहो ना नेड़े जाओ घरां च रहो, ते इत्थे असीं मेला ला के खड़ गए। बिल्कुल, इत्थे भी यही हाल है क्योंकि अज जिवें कह रहे सीगे वी लॉकडाउन दा आखरी दिन सीगा कल, ते अज जे देखा जाए अज फिर उसी तरीके नाल लोकां नूं या तां लोक अवेयर नहीं सीगे इस गल बारे क्योंकि यह तो हो नहीं सकता भी लोगों को पता ना हो भाई भी हूँ लॉकडाउन अगे बढ़ गया, पर जे देखा जाए पहला जो लॉकडाउन चल रहा है जो लॉकडाउन 1 सीगा उहदे च जिस तरीके नाल एहतियात वरत्या जा रहा है लोग घरों तों बाहर घट निकल रहे थे सड़कां घट चल रही थी उस सब के मुकाबले अज जो हाल देखने को मिलिया वो ज़्यादा लोग जो है सड़कों के उत्ते घूम फिर रहे थे, ज़्यादा लोग जिवें मॉर्निंग वॉक जिवें असीं पहला भी गल की 150 बंदा मॉर्निंग वॉक करता होया पुलिस ने फड़िया क्योंकि उन्होंने नहीं पता भी इस कोरोना वायरस है सोशल डिस्टेंसिंग असीं रखनी है, उन्होंने नहीं इस गल का पता लग्या भी मोदी साहब ने हुण लॉकडाउन दूसरा भी शुरू करता क्योंकि लोगों ने फिर सड़क से आना शुरू करता। गल आप शुरू की डिलीवरी बॉय तो
ਕਿਉਂਕਿ ਉਹ ਮੈਂ ਗੱਲ ਤਾਂ ਸ਼ੁਰੂ ਕੀਤੀ ਸੀਗੀ ਕਿਉਂਕਿ ਇੱਕ ਮਾਮਲਾ ਹੁਣ ਦਿੱਲੀ ਤੋਂ ਸਾਹਮਣੇ ਆਇਆ ਵੀ ਕਿਸੇ ਨੇ ਡਿਲੀਵਰੀ ਬੋਆਏ ਜਿਹੜਾ ਸੀਗਾ ਉਹ ਆਪਣਾ ਕੰਮ ਕਰ ਰਿਹਾ ਸੀਗਾ, ਬਾਅਦ 'ਚ ਜਦੋਂ ਪਤਾ ਲੱਗਿਆ ਉਹਨੂੰ ਕੋਰੋਨਾ ਵਾਇਰਸ ਪੋਜ਼ਿਟਿਵ ਨਿਕਲਿਆ ਆਇਆ ਤੇ ਉਹਨੇ 72 ਘਰਾਂ ਦੇ ਵਿੱਚ ਜਾ ਕੇ ਡਿਲੀਵਰੀ ਕੀਤੀ ਆ, ਹੁਣ ਡਿਲੀਵਰੀ ਕੀਤੀ ਆ ਤੇ ਹੁਣ 72 ਘਰ ਨੇ ਜਿਹੜੇ ਉਹਨਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ। ਹੁਣ ਇਹ ਗੱਲ ਸਾਡੇ ਸਮਝ ਤੋਂ ਬਾਹਰ ਹੈ ਵੀ ਲੋਕਾਂ ਨੂੰ ਇਹ ਚੀਜ਼ਾਂ ਦਾ ਕਿਉਂ ਨਹੀਂ ਪਤਾ ਲੱਗਦਾ ਵੀ ਕਿਸ ਕਿਸ ਚੀਜ਼ ਨਾਲ ਕੋਰੋਨਾ ਵਾਇਰਸ ਹੋ ਸਕਦਾ। ਜਦੋਂ ਇਹ ਚੀਜ਼ ਕਹੀ ਜਾ ਰਹੀ ਵੀ ਤੁਸੀਂ ਆਪਣੇ ਹੱਥ ਲਗਾਤਾਰ ਧੋਂਦੇ ਰਹੋ, ਆਪਣੇ ਮੂੰਹ ਨੂੰ ਨੱਕ ਨੂੰ ਹੱਥ ਜ਼ਿਆਦਾ ਨਾ ਲਗਾਓ, ਵੀ ਕੀ ਲੋਕਾਂ ਨੂੰ ਇਹ ਚੀਜ਼ ਨਹੀਂ ਪਤਾ ਵੀ ਜਦੋਂ ਜਦੋਂ ਸਾਡੇ ਘਰੇ ਹੋਮ ਡਿਲੀਵਰੀ ਹੋਊਗੀ ਖਾਣਾ ਕਿਹਨੇ ਬਣਾਇਆ ਕਿਹਨੇ ਨਹੀਂ ਬਣਾਇਆ, ਜਿਹੜਾ ਦੇਣ ਆਇਆ ਉਹਨੂੰ ਕੋਰੋਨਾ ਵਾਇਰਸ ਨਾ ਹੋਵੇ, ਜਾਂ ਜਿਹੜੇ ਡਿਲੀਵਰੀ ਬੋਆਇਜ਼ ਨੇ ਜਦੋਂ ਇਹ ਚੀਜ਼ ਹੋ ਚੁੱਕੀ ਹੈ ਵੀ ਕੋਈ ਕਿਸੇ ਨੂੰ ਕੰਮ ਤੋਂ ਨਹੀਂ ਕੱਢਿਆ ਜਾਊਗਾ। ਹੋ ਸਕਦਾ ਚਲੋ ਅਗਲੇ ਨੂੰ ਪੈਸਿਆਂ ਦੀ ਲੋੜ ਹੋਵੇ ਇਸ ਕਰਕੇ ਅਗਲਾ ਡਿਲੀਵਰੀ ਕਰ ਰਿਹਾ ਹੋਵੇ, ਪਰ ਤੁਹਾਨੂੰ ਤਾਂ ਇਹ ਚੀਜ਼ ਪਤਾ ਨਾ ਵੀ ਅਗਲੇ ਨੂੰ ਵੀ ਕੋਰੋਨਾ ਵਾਇਰਸ ਹੋ ਸਕਦਾ। ਅਸੀਂ ਇਹਤਿਆਤ ਕਿੱਥੋਂ ਵਰਤ ਰਹੇ ਹਾਂ, ਅਸੀਂ ਸੋਸ਼ਲ ਡਿਸਟੈਂਸਿੰਗ ਕਿੱਥੇ ਰੱਖ ਰਹੇ ਹਾਂ, ਅਸੀਂ ਆਪਣੇ ਵੱਲੋਂ ਦੀ ਕੋਈ ਚੀਜ਼ ਨਹੀਂ ਕਰ ਰਹੇ ਮੇਰੇ ਖਿਆਲ ਨਾਲ, ਕਿਉਂਕਿ ਡਿਲੀਵਰੀ ਉਦਾਂ ਹੀ ਹੋ ਰਹੀ ਹੈ ਹੋਮ ਡਿਲੀਵਰੀ ਜਿੰਨੀ ਵੀ ਹੋ ਰਹੀ ਹੈ। ਹੁਣ ਸਮਝ ਬੜੀ ਚੰਗੀ ਤਰ੍ਹਾਂ ਆਉਣੀ ਹੈ ਉਹਨਾਂ ਨੂੰ, ਜਿਵੇਂ ਪਹਿਲਾਂ ਵੀ ਇੱਕ ਨਾ ਚੀਜ਼ਾਂ ਕੁਛ ਟ੍ਰੋਲ ਵੀ ਹੋਣ ਲੱਗ ਜਾਂਦੇ ਹੁੰਦੇ ਆ ਜਿਹਦੇ ਵਿੱਚ ਉਹ ਕਹਿੰਦੇ ਸੀਗੇ ਭਾਈ ਹੁਣ ਤੁਸੀਂ ਸੋਚਣਾ ਵੀ ਘਰ ਦੇ ਵਿੱਚ ਬੰਦ ਰਹਿਣਾ, ਹਸਪੀਟਲ ਦੇ ਵਿੱਚ ਬੰਦ ਰਹਿਣਾ, ਜਾਂ ਫਿਰ ਕੰਧ 'ਤੇ ਟੰਗੀ ਹੋਈ ਫੋਟੋ ਦੇ ਵਿੱਚ ਬੰਦ ਰਹਿਣਾ, ਇਹ ਹੁਣ ਫੈਸਲਾ ਤੁਹਾਡਾ ਵੀ ਤੁਸੀਂ ਕੀ ਕਰਨਾ। ਹੁਣ ਜਿਹੜੇ ਇਹ ਲੋਕ ਸੀਗੇ ਜਿਨ੍ਹਾਂ ਨੇ ਬਾਹਰੋਂ ਚੀਜ਼ਾਂ ਮੰਗਵਾਈਆਂ ਉਹ ਫਿਰ ਘਰੇ ਬੰਦ ਰਹਿਣਾ ਨਹੀਂ ਚਾਹੁੰਦੇ ਸੀ, ਉਹ ਦਰਅਸਲ ਉਹ ਹੁਣ ਹਸਪਤਾਲਾਂ ਦੇ ਵਿੱਚ ਬੰਦ ਰਹਿਣਾ ਜ਼ਿਆਦਾ ਪਸੰਦ ਕਰਦੇ ਆ। ਬੇਸ਼ੱਕ ਕੁਆਰੰਟਾਈਨ ਹੀ ਕੀਤੇ ਆ ਪਰ ਘੱਟੋ ਘੱਟ ਪਾਬੰਦੀਆਂ ਤਾਂ ਲੱਗੀਆਂ ਨਾ, ਪਾਬੰਦੀਆਂ ਲੱਗੀਆਂ ਨੇ ਨਾ, ਹੁਣ ਸਾਰਿਆਂ ਦੇ ਟੈਸਟ ਹੋਣਗੇ, ਹੁਣ ਕੋਈ ਭਰੋਸਾ ਨਹੀਂ ਹੈ, ਪ੍ਰਕਿਰਿਆ ਬਹੁਤ ਵੱਡੀ ਆ, ਉਸ ਪ੍ਰਕਿਰਿਆ ਦੇ ਵਿੱਚੋਂ ਗੁਜ਼ਰਨਾ ਪਊਗਾ। ਹੁਣ ਕੁਛ ਲੁਧਿਆਣੇ ਦੇ ਵਿੱਚ ਵੀ ਇਹੋ ਜਿਹਾ ਕੁਛ ਹੋਇਆ ਸੀ, ਲੁਧਿਆਣੇ ਦੇ ਵਿੱਚ ਹੁਕਮ ਹੋਏ ਸੀ ਕੁਝ ਕੁ ਜਿਹੜੇ ਢਾਬੇ ਸੀਗੇ, ਕੁਝ ਕੁ ਸਵੀਟ ਡਿਸ਼ ਵਾਲੀਆਂ ਜਿਹੜੀਆਂ ਦੁਕਾਨਾਂ ਹੁੰਦੀਆਂ ਉਹਨਾਂ ਨੂੰ ਕਿ ਤੁਸੀਂ ਭਾਈ ਇੰਨੇ ਕੁ ਸਮੇਂ ਵਾਸਤੇ ਖੋਲ੍ਹ ਸਕਦੇ ਹੋ। ਹੁਣ ਉੱਥੇ ਵੀ ਡਿਲੀਵਰੀ ਬੋਆਏ ਸੀਗੇ, ਡਿਲੀਵਰੀ ਬੋਆਏ ਇੱਦਾਂ ਹੀ ਜਾਂਦੇ ਸੀਗੇ ਸਮਾਨ ਦੇ ਕੇ ਆਉਂਦੇ ਸੀਗੇ। ਹੁਣ ਜਦੋਂ ਦਿੱਲੀ ਵਾਲਾ ਇਹ ਮਸਲਾ ਸਾਹਮਣੇ ਆ ਗਿਆ, ਲੁਧਿਆਣੇ ਵਾਲਿਆਂ ਨੇ ਵੀ ਨਾਲ ਦੀ ਨਾਲ ਫੌਰੀ ਆਰਡਰ ਕਰਤੇ ਵੀ ਭਾਈ ਤੁਸੀਂ ਵੀ ਆਪਦੇ ਸ਼ਟਰ ਸੈੱਟ ਕੇ ਘਰੋਂ ਘਰੀ ਜਾਓ, ਇਹ ਹੁਣ ਅਗਲੇ ਹੁਕਮਾਂ ਤੱਕ ਤੁਹਾਡੀਆਂ ਦੁਕਾਨਾਂ ਵੀ ਬੰਦ ਰਹਿਣਗੀਆਂ। ਹੁਣ ਅਜਿਹਾ ਹੁੰਦਾ ਹੀ ਕਿਉਂ ਹੈ ਜਦੋਂ ਹਰ ਇੱਕ ਬੰਦੇ ਨੂੰ ਤੁਸੀਂ ਆਰਡਰ ਦੇ ਰਹੇ ਹੋ ਕਿ ਭਾਈ ਤੁਸੀਂ ਘਰੇ ਰਹਿਣਾ, ਤੁਸੀਂ ਘਰੇ ਰਹਿ ਕੇ ਸਾਡੇ ਹੁਕਮਾਂ ਦੀ ਪਾਲਣਾ ਕਰਨੀ ਹੈ, ਤੁਸੀਂ ਤਾਂ ਆਪਣੇ ਗੇਟੋਂ ਬਾਹਰ ਨਹੀਂ ਜਾਣਾ, ਤੁਸੀਂ ਕਹਿੰਦੇ ਹੋ ਦੁਕਾਨਾਂ ਵੀ ਖੋਲ੍ਹ ਲਓ, ਇਹ ਤਾਂ ਹੁਣ ਡਿਪੈਂਡ ਪ੍ਰਸ਼ਾਸਨ 'ਤੇ ਕਰਦਾ, ਸਰਕਾਰ ਦੀਆਂ ਹਦਾਇਤਾਂ 'ਤੇ ਕਰਦਾ ਕਿ ਭਾਈ ਉਹਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਹੀ ਕਿਉਂ ਮਿਲਦੀ ਹੈ ਜੇ ਤੁਹਾਨੂੰ ਦੁਬਾਰਾ ਉਹਨਾਂ ਨੂੰ ਹੁਕਮਾਂ ਨਾਲ ਜਿਹੜਾ ਬੰਦ ਕਰਨਾ ਪਵੇ, ਇਜਾਜ਼ਤ ਦਿੱਤੀ ਕਿਉਂ ਜਾਂਦੀ ਹੈ। ਹੁਣ ਉਹ ਵੱਡੇ ਹੋਟਲ, ਉਹ ਵੱਡੇ ਰੈਸਟੋਰੈਂਟ ਉਹ ਤਾਂ ਖੁੱਲ੍ਹ ਗਏ, ਜਿਹੜੀਆਂ ਫਿਰ ਛੋਟੀਆਂ ਦੁਕਾਨਾਂ ਨੇ, ਜਿਹੜਾ ਵਿਚਾਰਾ ਕੋਈ ਸਾਈਕਲ ਦੇ ਪੈਂਚਰ ਲਾ ਕੇ ਆਪਣਾ ਸਮਾਂ ਜਿਹੜਾ ਬਤੀਤ ਕਰਦਾ ਹੈ, ਕੋਈ ਛੋਟੀ ਮੋਟੀ ਕੋਈ ਛੋਟੀ ਮੋਟੀ ਸਕੂਟਰ ਸਹੀ ਕਰਨ ਦੀ ਜਾਂ ਮੋਟਰਸਾਈਕਲ ਠੀਕ ਕਰਨ ਦੀ ਦੁਕਾਨ ਕਰਦਾ, ਫਿਰ ਉਹਦਾ ਕੀ ਕਸੂਰ ਹੈ? ਉਹਨੇ ਕਿਹੜਾ ਕਿਸੇ ਦੇ ਘਰੇ ਸਮਾਨ ਪਹੁੰਚਾਉਣਾ? ਉਹਨੇ ਤਾਂ ਉੱਥੇ ਬਹਿ ਕੇ ਕੰਮ ਕਰਨਾ, ਫਿਰ ਉਹਨੂੰ ਕਰ ਲੈਣ ਦਿਓ। ਮਤਲਬ ਸਾਰੀਆਂ ਚੀਜ਼ਾਂ ਨੂੰ ਜੇ ਤੁਸੀਂ ਜਸਟੀਫਾਈ ਕਰਨਾ ਤਾਂ ਬੇਸ਼ੱਕ ਵੀ ਹਰ ਇੱਕ ਦੇ ਉੱਤੇ, ਮਤਲਬ ਇਹ ਨਾ ਹੋਵੇ ਪਾਰਸ਼ੈਲਿਟੀ ਨਾ ਹੋਵੇ ਵੀ ਕਿਸੇ ਨੂੰ ਹਾਂ ਕਰਦੀ ਕਿਸੇ ਨੂੰ ਮਨਾ ਕਰਦਾ ਹੋਵੇ, ਹਰ ਇੱਕ ਜਿਹੜਾ ਕੋਈ ਹੁਕਮ ਲਾਗੂ ਹੋਵੇ ਉਹ ਸਾਰਿਆਂ ਵਾਸਤੇ ਹੋਵੇ, ਸਾਰਿਆਂ ਦੇ ਹਿੱਤ ਵਾਸਤੇ ਹੋਵੇ ਤਾਂ ਚੰਗਾ ਰਹੂਗਾ। ਕਿਉਂਕਿ ਪਰ ਹੁਣ ਜਿਹੜਾ ਫਿਲਹਾਲ ਜਿਹੜਾ ਵੇਲਾ ਹੋ ਗਏ ਬ੍ਰੇਕ ਲੈਣ ਦਾ, ਅਸੀਂ ਗੱਲਾਂ ਬਾਤਾਂ ਹੋਰ ਵੀ ਬਹੁਤ ਕਰਾਂਗੇ, ਜਿਹੜੀ ਤੁਸੀਂ ਗੱਲ ਕੀਤੀ ਪ੍ਰਸ਼ਾਸਨ ਦੀ ਉਹਦੇ ਉੱਤੇ ਵੀ ਗੱਲਬਾਤ ਕਰਨੀ ਹੈ, ਪਰ ਇੱਕ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਨਿੱਘਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ 'ਤੇ ਸ਼ੋਅ ਚੱਲ ਰਿਹਾ ਜੀ ਉਲਟ ਪੁਲਟ, ਅਤੇ ਰਵੀ ਸੰਗਰਾ ਹੁਰ ਜੀ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀਗੇ ਪ੍ਰਸ਼ਾਸਨ ਦੀ ਵੀ ਪ੍ਰਸ਼ਾਸਨ ਇਸ ਸਭ 'ਚ ਕੀ ਕਰ ਰਿਹਾ। ਇੱਕ ਹੁਣੀ 2 ਦਿਨ ਪਹਿਲਾਂ ਮੁੰਬਈ ਦੇ ਵਿੱਚ ਜਿਹੜੀ ਗੱਲਬਾਤ ਹੋਈ ਹੈ ਜਿੱਥੇ ਇੰਨੇ ਸਾਰੇ ਮਜ਼ਦੂਰ ਇਕੱਠੇ ਹੋ ਗਏ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉੱਥੇ ਮਜ਼ਦੂਰ ਇਕੱਠੇ ਹੋ ਗਏ, ਕੀ ਮਾਮਲਾ ਇਹ ਵੀ ਲੋਕੀ ਅਵੇਅਰ ਨਹੀਂ ਹੈਗੇ, ਪ੍ਰਸ਼ਾਸਨ ਅਵੇਅਰ ਨਹੀਂ ਹੈਗਾ ਕਿ ਕੁਛ ਹੋਰ ਹੀ ਚੱਲੀ ਜਾਂਦਾ ਇੱਥੇ, ਕੀ ਅਫਵਾਹਾਂ ਹੀ ਨੇ? ਨਹੀਂ, ਪਤਾ ਕੀ ਹੈ, ਸਾਡੇ ਅੰਦਰ ਨਾ ਸਾਡੇ ਉਹ ਐਨਰਜੀ ਕੁਛ ਜ਼ਿਆਦਾ ਵੜ ਗਈ ਸਾਡੇ ਅੰਦਰ, ਅਤੇ ਦਿਮਾਗ ਸਾਡੇ ਖਾਲੀ ਹੋਣ ਲੱਗ ਗਏ। ਇਹ ਮੈਨੂੰ ਲੱਗਦਾ ਕੁਛ ਮਿਲਦੀ ਜੁਲਦੀ ਘਟਨਾ ਜਿਹੋ ਜੀ ਪੰਜਾਬ ਦੀ ਆਪਾਂ ਪਹਿਲਾਂ ਸ਼ੇਅਰ ਕੀਤੀ ਵੀ ਭਾਈ ਕਿਸੇ ਦੀ ਫਸਲ ਨੂੰ ਅੱਗ ਲੱਗ ਜਾਂਦੀ ਹੈ ਅਤੇ ਲੋਕ ਦੇਖਣ ਵਾਲੇ ਜ਼ਿਆਦਾ ਇਕੱਠੇ ਹੋ ਜਾਂਦੇ ਆ। ਅਸਲ ਦੇ ਵਿੱਚ ਅਸੀਂ ਇਹ ਸੋਚਦੇ ਹਾਂ, ਮੈਂ ਪਹਿਲਾਂ ਵੀ ਬਹੁਤ ਵਾਰੀ ਗੱਲ ਕੀਤੀ ਹੈ, ਅਸੀਂ ਇਹ ਸੋਚਦੇ ਹਾਂ ਕਿ ਭਾਈ ਇਹ ਬਿਮਾਰੀ ਸਾਡੇ ਵਾਸਤੇ ਨਹੀਂ ਹੈਗੀ, ਇਹ ਮੇਰੇ ਵਾਸਤੇ ਨਹੀਂ ਹੈਗੀ, ਇਹ ਮੇਰੇ ਪਰਿਵਾਰ ਦੇ ਵਾਸਤੇ ਨਹੀਂ ਹੈਗੀ, ਇਹ ਤਾਂ ਉਹਨਾਂ ਵਾਸਤੇ ਆ ਜਿਨ੍ਹਾਂ ਲੋਕਾਂ ਨੂੰ ਲੱਗ ਗਈ ਅਤੇ ਉਹ ਭਾਈ ਰੱਬ ਨੂੰ ਪਿਆਰੇ ਹੋ ਗਏ, ਇਹ ਤਾਂ ਉਹਨਾਂ ਵਾਸਤੇ ਹੀ ਸੀ। ਸਾਨੂੰ ਅਵੇਅਰਨੈਸ ਹੀ ਨਹੀਂ ਹੈਗੀ ਵੀ ਭਾਈ ਇੱਕ ਦੂਜੇ ਨੂੰ ਟੱਚ ਕਰ ਲਉਂਗੇ ਨਾਲ ਦੀ ਨਾਲ, ਤੁਹਾਡਾ ਕੰਮ ਹੋ ਗਿਆ, ਤੁਸੀਂ ਇਹਦੇ ਪੋਜ਼ਿਟਿਵ ਹੋ ਗਏ, ਇਹ ਸਮਝਣ ਦੀ ਲੋੜ ਹੈ। ਜਿਹੜੀ ਬੰਬੇ ਦੀ ਗੱਲ ਤੁਸੀਂ ਕਰ ਰਹੇ ਹੋ, ਉੱਥੇ ਤਾਂ ਹਜ਼ਾਰਾਂ ਮਜ਼ਦੂਰ ਇਕੱਠੇ ਹੋ ਗਏ, ਇੱਕ ਨੇ ਸੀਟੀਆਂ ਮਾਰਤੀਆਂ ਵੀ ਆ ਜਾਓ ਆਪਾਂ ਇਕੱਠੇ ਹੋ ਜਾਈਏ, ਇਹਨਾਂ ਨੂੰ ਟ੍ਰੇਨਾਂ ਚਲਾਉਣੀਆਂ ਪੈਣੀਆਂ, ਆਪਾਂ ਨੂੰ ਘਰੋਂ ਘਰ ਜਾਣਾ ਪੈਣਾ। ਹਾਂ, ਮੈਂ ਇਹ ਸਮਝ ਸਕਦਾ ਕਿ ਜੇਕਰ ਅਸੀਂ
ਇਦਾਂ ਦੀ ਸਿਚੁਏਸ਼ਨ ਦੇ ਵਿੱਚ ਕਿਤੇ ਫਸੇ ਬੈਠੇ ਹੁੰਦੇ ਤਾਂ ਸ਼ਾਇਦ ਇਦਾਂ ਦੀ ਗੱਲ ਦਿਮਾਗ ਦੇ ਵਿੱਚ ਤਾਂ ਆਉਂਦੀ, ਪਰ ਘੱਟੋ ਘੱਟ ਇਹ ਸਭ ਤੋਂ ਪਹਿਲਾਂ ਆਉਂਦੀ ਵੀ ਭਾਈ ਜਾਨ ਵਾਲੀ ਜਹਾਨ ਹੈ, ਜੇ ਮੈਂ ਜਿਉਂਦਾ ਰਹੂੰਗਾ ਇਸ ਕਮਰੇ ਦੇ ਵਿੱਚ ਜਿਉਂਦਾ ਰਹੂੰਗਾ ਤਾਂ ਆਪਦੇ ਘਰਦਿਆਂ ਨੂੰ ਦੁਬਾਰਾ ਮਿਲ ਪਾਊਂਗਾ, ਅਤੇ ਜੇ ਕਿਤੇ ਮੈਂ ਇੱਦਾਂ ਦਾ ਗਲਤ ਕਦਮ ਉਠਾਉਣਾ, ਚਾਰ ਲੋਕਾਂ ਨੂੰ ਹੋਰ ਇਕੱਠੇ ਕਰਦਾ, ਦਸਾਂ ਨੂੰ ਹੋਰ ਇਕੱਠੇ ਕਰਦਾ, ਜੇ ਕਿਤੇ ਮੈਨੂੰ ਬਿਮਾਰੀ ਲੱਗ ਗਈ ਤਾਂ ਘਰਦਿਆਂ ਨੂੰ ਕਦੇ ਵੀ ਨਹੀਂ ਮਿਲਿਆ ਜਾਣਾ। ਮੈਨੂੰ ਲੱਗਦਾ ਇੱਦਾਂ ਦੀ ਸੋਚ ਠੀਕ ਹੈ, ਹਰ ਇੱਕ ਕਮਰੇ ਦੇ ਵਿੱਚ ਬੈਠੇ ਜਿਹੜੇ ਆਪਣੇ ਘਰਾਂ ਤੋਂ ਦੂਰ ਬੈਠੇ ਆ ਦੁਖੀ ਬਹੁਤ ਨੇ, ਸਮਝ ਸਕਦੇ ਹਾਂ, ਮਹਿਸੂਸ ਹੁੰਦਾ ਕਿ ਇੱਕ ਪਾਸੇ ਘਰ ਦੇ ਜਿਨ੍ਹਾਂ ਦੇ ਕੋਲ ਰਹਿ ਕੇ ਅਸੀਂ ਸਮਾਂ ਬਤੀਤ ਕਰਨਾ ਸੀ, ਅਸੀਂ ਕਿਸੇ ਦੂਰ ਕਿਸੇ ਥਾਂ 'ਤੇ ਜਿਹੜੇ ਆ ਉਹ ਕਿਤੇ ਦੁਖੀ ਹੋਏ ਬੈਠੇ ਹਾਂ, ਤੜੇ ਬੈਠੇ ਹਾਂ, ਉਧਰੋਂ ਘਰ ਦੇ ਦੁਖੀ ਹੋਏ ਬੈਠੇ ਹਾਂ, ਸਿਚੁਏਸ਼ਨ ਸਮਝੀ ਜਾ ਸਕਦੀ ਹੈ। ਪਰ ਉਸ ਤੋਂ ਪਹਿਲਾਂ ਸਮਝਣ ਦੀ ਲੋੜ ਇਹ ਆ ਭਾਈ, ਜਾਨ ਨਾਲ ਜਹਾਨ ਹੈ, ਜੇ ਬਚੋਗੇ ਤਾਂ ਮਿਲ ਜਾਓਗੇ ਅਤੇ ਜੇ ਬਿਮਾਰੀ ਲੱਗ ਗਈ ਤਾਂ ਫਿਰ ਕੰਮ ਔਖਾ ਹੈ। ਨਹੀਂ, ਹੁਣ ਇਹ ਕਿਹਾ ਜਾ ਰਿਹਾ ਵੀ ਪਹਿਲਾਂ ਤਾਂ ਚਲੋ ਉੱਥੇ ਅਫਵਾਹ ਫੈਲ ਗਈ ਸੀ, ਅਫਵਾਹ ਕਹਿੰਦੇ ਜੀ ਇਹ ਫੈਲੀ ਸੀਗੀ ਵੀ ਲੋਕਡਾਊਨ ਖਤਮ ਹੋ ਜਾਣਾ 14 ਤਰੀਕ ਨੂੰ, ਅਤੇ 15 ਨੂੰ ਜਿਹੜੀ ਦੁਬਾਰਾ ਜਿਹੜੀ ਰੇਲਵੇ ਹੈ ਉਹ ਸਟਾਰਟ ਹੋ ਜਾਣੀ ਹੈ, ਗੱਡੀਆਂ ਚੱਲਣੀਆਂ ਸਟਾਰਟ ਹੋ ਜਾਣੀਆਂ, ਸਾਰੇ ਘਰੋਂ ਘਰੀ ਪਹੁੰਚ ਜਾਣਗੇ। ਕਹਿੰਦੇ ਅਸੀਂ ਤਾਂ ਜੀ ਤਾਂ ਆ ਗਏ ਉੱਥੇ ਇਕੱਠੇ ਹੋ ਕੇ ਵੀ ਅਸੀਂ ਘਰੋਂ ਘਰੀ ਜਾਵਾਂਗੇ। ਦੂਸਰੀ ਗੱਲ, ਫਿਰ ਗੱਲ ਇਹ ਆਈ ਵੀ ਜੇ ਤਾਂ ਇਹਨਾਂ ਨੇ ਘਰੋਂ ਘਰੀ ਜਾਣਾ ਸੀਗਾ, ਫਿਰ ਇਹਨਾਂ ਦੇ ਹੱਥ 'ਚ ਜਿਹੜਾ ਇਹਨਾਂ ਦਾ ਸਮਾਨ ਸੀਗਾ, ਜਿਹੜਾ ਇਹਨਾਂ ਦਾ ਕੋਈ ਖਾਣ ਪੀਣ ਦਾ ਹੋਵੇ, ਕੱਪੜੇ ਕੁੱਪੜੇ ਹੋਣ, ਜਿਹੜੇ ਬੈਗ ਇਹਨਾਂ ਨੇ ਸੀਗੇ ਉਹ ਇਹਨਾਂ ਦੇ ਹੱਥ 'ਚ ਕਿਸੇ ਕੋਲ ਵੀ ਕੋਈ ਨਹੀਂ ਸੀਗਾ। ਦੂਸਰੀ ਗੱਲ ਵੀ ਇੱਕਦਮ ਸਾਰੇ ਜਣੇ ਜਦੋਂ ਇਕੱਠੇ ਹੋ ਗਏ, ਉਹਨਾਂ ਨੇ ਕਿਹਾ ਚਲੋ ਅਫਵਾਹ ਫੈਲੀ ਹੈ, ਅਫਵਾਹ ਫੈਲਾਈ ਗਈ ਨੇ, ਬੰਦਾ ਵੀ ਫੜ ਲਿਆ ਜਿਹਨੇ ਅਫਵਾਹ ਫੈਲਾਈ ਸੀ। ਕਹਿੰਦੇ ਵੀ ਸਟਾਰਟਿੰਗ ਤੋਂ ਲੱਗਿਆ ਹੋਇਆ ਸੀਗਾ, ਪਹਿਲਾਂ ਉਹਨੇ ਕਿਹਾ ਜੀ ਕਿ ਹਾਂਜੀ ਮਜ਼ਦੂਰਾਂ ਨੂੰ ਪਹਿਲਾਂ ਆਪਣੇ ਕੋਲ ਕਰਨ ਦੀ ਕੋਸ਼ਿਸ਼ ਕੀਤੀ ਵੀ ਜੀ ਇਹਨਾਂ ਨੂੰ ਸਾਰਿਆਂ ਨੂੰ ਪਹੁੰਚਾਉਣਾ ਚਾਹੀਦਾ ਘਰੋਂ ਘਰੀ, ਸਾਰੇ ਲੋਕ ਬੜੇ ਪਰੇਸ਼ਾਨ ਨੇ। ਉਸ ਤੋਂ ਬਾਅਦ ਕਹਿੰਦੇ ਜੀ ਉਹਨਾਂ ਨੇ ਕਿਹਾ ਵੀ ਅਸੀਂ ਜੀ ਆਪਣੇ ਵੱਲੋਂ ਦੀ ਸਰਕਾਰ ਸਾਡੀ ਕੋਈ ਮਦਦ ਨਹੀਂ ਕਰ ਰਹੀ ਹੈ ਸਭ ਦੇ ਵਿੱਚ, ਅਸੀਂ ਆਪਣੇ ਬੱਸਾਂ ਚਲਾਉਣੀਆਂ ਨੇ ਜਿਹੜੇ ਮਜ਼ਦੂਰਾਂ ਨੂੰ ਉਹਨਾਂ ਦੇ ਘਰੋਂ ਘਰੀ ਪਹੁੰਚਾ ਦੇਣਗੀਆਂ। ਉਸ ਤੋਂ ਬਾਅਦ ਫਿਰ ਦੂਸਰੀ ਗੱਲ ਇਕੱਠੀ ਹੋਈ, ਫਿਰ ਕਹਿੰਦੇ ਜੀ ਜਿਹੜੀ ਜਿਹੜਾ ਰੇਲਵੇ ਸਾਨੂੰ ਉੱਥੇ ਸਾਰਿਆਂ ਨੂੰ ਇਕੱਠੇ ਹੋਣੇ ਪੈਣਾ ਕਿ ਤਾਂ ਹੀ ਤਾਂ ਕਿ ਰੇਲਵੇ ਦੇ ਉੱਤੇ ਜਿਹੜਾ ਹੈ ਉਹ ਪਵੇ, ਫੋਰਸ ਕਰੀਏ ਅਸੀਂ ਉਹਨਾਂ ਨੂੰ ਇੱਕ ਤਰੀਕੇ ਨਾਲ, ਪ੍ਰੈਸ਼ਰ ਹੋਵੇ, ਜਿਵੇਂ ਕੋਈ ਪ੍ਰੈਸ਼ਰ ਅਸੀਂ ਉਹਨਾਂ 'ਤੇ ਪਾਈਏ ਵੀ ਉਹਨਾਂ ਨੂੰ ਰੇਲਵੇ ਸਟਾਰਟ ਕਰਨੀ ਪਊਗੀ, ਉਹਨਾਂ ਨੂੰ ਰੇਲ ਗੱਡੀਆਂ ਸਟਾਰਟ ਕਰਨੀਆਂ ਪੈਣਗੀਆਂ, ਅਸੀਂ ਇੰਨਾ ਇਕੱਠ ਕਰ ਲਈਏ ਵੀ ਉਹ ਮਜਬੂਰ ਹੋ ਜਾਣ ਸਟਾਰਟ ਕਰਨ ਪਿੱਛੇ, ਹੁਣ ਇੱਕ ਤਰੀਕੇ ਨਾਲ ਭੜਕਾਇਆ ਗਿਆ ਉਹਨਾਂ ਨੂੰ। ਹੁਣ ਪਹਿਲੀ ਗੱਲ ਤਾਂ ਇਹ ਵੀ ਜਿਹੜੇ ਮਜ਼ਦੂਰ ਨੇ ਵੀ ਉਹਨਾਂ ਨੂੰ ਪਹਿਲਾਂ ਤਾਂ ਇਸ ਗੱਲ ਦੀ ਪੂਰੀ ਜਾਂਚ ਕਰ ਲੈਣੀ ਚਾਹੀਦੀ ਹੈ ਵੀ ਜਿਹੜਾ ਬੰਦਾ ਬੋਲ ਰਿਹਾ ਉਹ ਤਾਂ ਬੈਠਾ ਭਾਈ ਫੋਨ 'ਤੇ ਸੋਸ਼ਲ ਮੀਡੀਆ 'ਤੇ ਬੈਠਾ ਬੋਲੀ ਜਾਂਦਾ, ਉਹ ਤਾਂ ਆਪ ਉੱਥੇ ਕਿਤੇ ਆ ਨਹੀਂ ਰਿਹਾ, ਉਹ ਤੁਹਾਨੂੰ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰੀ ਜਾਂਦੇ, ਤਾਂ ਤੁਸੀਂ ਲੋਕ ਭੜਕੀ ਜਾਂਦੇ ਤਾਂ ਤੁਸੀਂ ਸਾਰਿਆਂ ਨੇ ਉੱਥੇ ਜਾ ਕੇ ਮਜਮਾ ਵੀ ਲਾ ਲਿਆ ਵੀ ਅਸੀਂ ਜੀ ਘਰੋਂ ਘਰੀ ਪਹੁੰਚ ਜਾਵਾਂਗੇ। ਦੂਜੀ ਗੱਲ ਇਹ ਵੀ ਤੁਸੀਂ ਲੋਕ ਕਹਿੰਦੇ ਹੋ ਵੀ ਅਸੀਂ ਪੈਦਲ ਪਹੁੰਚ ਜਾਵਾਂਗੇ, ਅਸੀਂ ਜੀ ਰੇਲ ਗੱਡੀਆਂ ਸਾਡੇ ਵਾਸਤੇ ਸਟਾਰਟ ਕਰਤੀਆਂ, ਬੱਸਾਂ ਸਾਡੇ ਵਾਸਤੇ ਸਟਾਰਟ ਕਰਤੀਆਂ, ਤੇ ਅਸੀਂ ਘਰੋਂ ਘਰੀ ਪਹੁੰਚ ਜਾਵਾਂਗੇ। ਜਦੋਂ ਸਾਰੇ ਪਾਸੇ ਇੱਕ ਗੱਲ ਫੈਲੀ ਹੋਈ ਹੈ ਵੀ ਅਸੀਂ ਆਪਣੇ ਘਰੋਂ ਜਿੱਥੇ ਅਸੀਂ ਹੈਗੇ ਇਸ ਟਾਈਮ ਜੇ ਅਸੀਂ ਉੱਥੇ ਟਿਕੇ ਰਹੀਏ ਤਾਂ ਗੱਲ ਠੀਕ ਹੈ, ਕੀ ਪਤਾ ਜੇ ਤੁਸੀਂ ਆਪਣੇ ਘਰੇ ਜਾਓ ਉੱਥੇ ਇੱਦਾਂ ਦਾ ਕੋਈ ਭਾਣਾ ਵਰਤਿਆ ਹੋਵੇ ਵੀ ਤੁਹਾਡੇ ਘਰੇ ਇੱਦਾਂ ਦਾ ਕੋਈ ਕੇਸ ਆਇਆ ਹੋਵੇ ਤਾਂ ਤੁਸੀਂ ਆਪਣੇ ਘਰ ਜਾ ਨਹੀਂ ਪਾਓਗੇ, ਤੁਸੀਂ ਵੀ ਇਹ ਸੋਚੋਗੇ ਵੀ ਭਾਈ ਮੇਰੇ ਘਰਦਿਆਂ ਨੂੰ ਹੋਇਆ ਵਾ, ਕਿਉਂਕਿ ਤੁਹਾਡੇ ਤੱਕ ਗੱਲਾਂ ਤਾਂ ਸਹੀ ਨਹੀਂ ਨਾ ਪਹੁੰਚ ਰਹੀਆਂ, ਹਲੇ ਵੀ ਕਿਹਨੂੰ ਕੀ ਹੋਇਆ ਕੀ ਨਹੀਂ, ਕਿੱਥੇ ਮਾਮਲੇ ਜ਼ਿਆਦਾ ਨੇ ਕਿੱਥੇ ਘੱਟ ਨੇ, ਤੁਹਾਡੇ ਪਰਿਵਾਰ ਦੇ ਵਿੱਚ ਇਹੋ ਜਿਹਾ ਕੁਛ ਹੈ ਕਿ ਨਹੀਂ, ਹਲੇ ਕੋਈ ਗੱਲ ਪ੍ਰੋਪਰ ਨਿਕਲ ਕੇ ਸਾਹਮਣੇ ਨਹੀਂ ਆ ਰਹੀ। ਦੂਸਰੀ ਗੱਲ, ਤੁਸੀਂ ਰੇਲਵੇ 'ਤੇ ਪ੍ਰੈਸ਼ਰ ਬਣਾਉਣ ਨੂੰ ਖੜੇ ਹੋ ਗਏ ਉੱਥੇ ਜਾ ਕੇ, ਹੁਣ ਵਿੱਚੋਂ ਦੀ ਗੱਲਾਂ ਇਹ ਵੀ ਆ ਰਹੀਆਂ ਨੇ ਵੀ ਇਹ ਸਾਰੀ ਰਾਜਨੀਤੀ ਸੀ ਜੀ, ਜਿਹੜਾ ਕਰੋਨਾ ਵਾਇਰਸ ਫੈਲਾਉਣ ਦੀ ਇੱਕ ਸਾਜ਼ਿਸ਼ ਸੀਗੀ ਜੀ, ਉੱਥੇ ਜਿਹੜੇ ਲੋਕ ਕਰੋਨਾ ਪੋਜ਼ਿਟਿਵ ਸੀ ਉਹ ਵਿੱਚ ਬੜੇ ਹੋਏ ਸੀ ਤਾਂ ਕਿ ਅਸੀਂ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਕਰੋਨਾ ਵਾਇਰਸ ਫੈਲਾ ਦਈਏ ਅਤੇ ਪੂਰੇ ਦੇਸ਼ ਦੇ ਵਿੱਚ ਮਹਾਮਾਰੀ ਫੈਲਾ ਦਈਏ ਇਹ। ਹੁਣ ਗੱਲਾਂ ਇਹਨੇ ਵੀ ਜਿਹੜਾ ਮੁੰਡਾ ਹੈਗਾ ਵਿਨੇ ਨੇ ਸਾਰੀਆਂ ਗੱਲਾਂ ਕਹੀਆਂ ਨੇ, ਉਹਨੂੰ ਤਾਂ ਹਿਰਾਸਤ 'ਚ ਲੈ ਲਿਆ ਭੜਕਾਉਣ ਦੇ ਮਾਮਲੇ 'ਚ, ਪਰ ਜਿਹੜਾ ਮੈਨੂੰ ਲੱਗਦਾ ਵੀ ਇੱਥੇ ਜਿਹੜੀ ਲੋੜ ਹੈਗੀ ਪ੍ਰਸ਼ਾਸਨ ਨੂੰ ਵੀ ਸਮਝਣ ਦੀ, ਕਿਉਂਕਿ ਜਦੋਂ ਦੋ ਬੰਦੇ ਇਕੱਠੇ ਹੁੰਦੇ ਨੇ ਉਹਨਾਂ 'ਤੇ ਡਾਂਗਾ ਵਰਦੀਆਂ ਨੇ ਕਿਉਂਕਿ ਕਰਫਿਊ ਤੋੜਿਆ ਤੁਸੀਂ, ਜੇ 4 ਬੰਦੇ ਇਕੱਠੇ ਹੁੰਦੇ ਨੇ ਤਾਂ ਵੀ, ਜੇ 100 ਬੰਦਾ ਇਕੱਠਾ ਹੁੰਦਾ ਤਾਂ ਵੀ ਅਸੀਂ ਸੋਚ ਸਕਦੇ ਸੀ, 1000 ਬੰਦਾ ਇਕੱਠਾ ਹੁੰਦਾ ਤਾਂ ਵੀ ਸੋਚ ਸਕਦੇ ਸੀ, ਪਰ ਉੱਥੇ 1000 ਨਹੀਂ ਉੱਥੇ ਕਈ ਹਜ਼ਾਰਾਂ ਲੋਕ ਜਿਹੜੇ ਇਕੱਠੇ ਹੋਏ ਹੋਏ ਸੀ ਅਤੇ ਪ੍ਰਸ਼ਾਸਨ ਨੂੰ ਨਹੀਂ ਪਤਾ ਲੱਗਿਆ ਵੀ ਉੱਥੇ ਲੋਕ ਇਕੱਠੇ ਹੋ ਰਹੇ ਨੇ, ਜਦੋਂ ਹਜ਼ਾਰਾਂ ਲੋਕ ਇਕੱਠੇ ਹੋ ਗਏ ਉਸ ਤੋਂ ਬਾਅਦ ਹੀ ਪਤਾ ਲੱਗਿਆ, ਉਸ ਤੋਂ ਬਾਅਦ ਹੀ ਡਾਂਗਾ ਵਰਨੀਆਂ ਸ਼ੁਰੂ ਹੋਈਆਂ, ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਵੀ ਗਲਤੀ ਸਾਹਮਣੇ ਆਉਂਦੀ ਹੈ। ਨਹੀਂ ਬਿਲਕੁਲ, ਇਹ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਮੇਨਟੇਨ ਕਰਨੀਆਂ ਵੀ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ, ਜੇਕਰ ਆਪਾਂ ਕਹੀਏ ਹਰ ਚੀਜ਼ ਦੀ ਜਿਹੜੀ ਆ ਜਿਹੜਾ ਉਹਨਾਂ ਦੇ ਖੁਫੀਆ ਤੰਤਰ ਨੇ ਉਹ ਵੀ ਲੱਗੇ ਹੋਏ ਨੇ, ਹਰ ਇੱਕ ਜਿਹੜਾ ਡਿਪਾਰਟਮੈਂਟ ਆਪੋ ਆਪਣੇ ਕੰਮ 'ਤੇ ਲੱਗਾ ਹੋਇਆ, ਕਿਤੇ ਨਾ ਕਿਤੇ ਇੱਥੇ ਪ੍ਰਸ਼ਾਸਨ ਦੀ ਜ਼ਰੂਰ ਗਲਤੀ ਰਹੀ ਆ। ਇੱਕ ਮੈਂ ਹੋਰ ਚੀਜ਼ ਜਿਹੜੀ ਇਹਨਾਂ ਇਹਨਾਂ ਲੋਕਾਂ ਦੇ ਨਾਲ ਜੋੜ ਕੇ ਮੈਂ ਦੇਖੂੰਗਾ ਇਹਨੂੰ ਕਿ ਭਾਈ ਜਦੋਂ ਤੁਸੀਂ ਚਲੋ ਮੰਨ ਕੇ ਚੱਲੋ ਕਿ ਤੁਸੀਂ ਆਪਣੇ ਘਰ ਪਹੁੰਚ ਵੀ ਜਾਂਦੇ ਹੋ ਅਤੇ ਉੱਥੋਂ ਦਾ ਜਿਹੜਾ ਪ੍ਰਸ਼ਾਸਨ ਹੋਊਗਾ, ਸਿਹਤ ਵਿਭਾਗ ਹੋਊਗਾ, ਤੁਹਾਡੇ ਘਰ ਪਹੁੰਚੂਗਾ, ਤੁਹਾਨੂੰ 14 ਦਿਨਾਂ ਦੇ ਵਾਸਤੇ ਕੁਆਰੰਟਾਈਨ ਕਰ ਦੇਣਾ ਉਹਨਾਂ ਨੇ, ਤੁਹਾਡੇ ਟੈਸਟ ਕੀਤੇ ਜਾਣਗੇ, ਸਭ ਕੁਛ ਹੋਣਾ, ਸਾਰੀ ਪ੍ਰਕਿਰਿਆ ਜੇ ਆਪਾਂ ਇੱਕ ਥਾਂ ਤੋਂ
वह भी खड़ी हुई है तो होर भी जोड़े साढ़े आंढ़ी गुआढ़ी ज फिर पिंड आसे पास पिंडा जिन्हों पुराना रिश्ता हैगा असी उन्होंने कणक भी आए साल कटते हैं भी उन्होंने भी उन्हों की फसल भी कट्टनी है। कहते भी की माहौल है, मैं क्या जी माहौल ठीक है तुहाडा घर बनना बनता भी है, पर सब तो पहला प्रक्रिया समझ लो कि जदों तुसी आओगे थानू सारे दे सारे तुहाडे जिन्ने भी तुहाडे मजदूर ने तुहाडे नाल तुहाडे नाल ड्राइवर है जां तुसी हो थानू आके सेहत विभाग चैक करूगा, थानू घर दे विच क्वारंटाइन भी किया जाऊगा 14 दिन के वास्ते तुसी घर रहोगे, खुदा ना खास्ता जे कोई पॉजिटिव आउंदा है तां फिर तुहानू आइसोलेट भी किया जा सकदा है, वो तुहानू हॉस्पिटल दे विच भी लिजा सकदे आ, पर जे जिहा ना होया घट्टो घट तुसी 14 दिन तां अपने घरे रहोगे ही रहोगे, तां बेहतर है कि तुसी आपदे इधर जिधर हैगे हो उत्थे तुसी अपना ख्याल रखो, उत्थे दूरी बना के रखो, काम करते रहो, तो ये नालों तुहाडा इधर आके फाइनैशियल जिहड़ा तुहाडा नुकसान होगा कि तुसी इधर आओगे तुहाडा साधन खड़ जाना, तुहाडी मशीनरी खड़ जानी, तुहानू क्वारंटाइन कर देना, इधर आके तुहाडा सीजन का नुकसान हो जाना, तुसी आपदा इधर सीजन कंप्लीट करो, तुसी आपदा इधर आपदा ध्यान रखो, तो उन्हें गल नूं अंडरसटैंड किया समझिया गल नूं कि हाँ ये प्रक्रिया दे विचों मैनूं गुजरना पै सकदा, क्यों ना मैं जिहड़ा आपदा काम इधर ही करा ते पंजाब दे विच उदों जावां जदों माहौल ठीक हो जांदा है जां मेरा काम खत्म हो जांदा है, उस तों बाद जे 14 दिन क्वारंटाइन रहना भी पै जूगा तां कोई समस्या नहीं, जानी गल सिर्फ साडी समझण दी है कि असी इस गल नूं सोचदे नैगेटिव है जां फिर पॉजिटिव है, ते इहो कुछ ही उहनां नाल होणा सी। बिल्कुल, ते मेरे ख्याल नाल सानूं आप नूं इह समझण दी लोड़ है जिवें कि तुसीं कहा वी असी आप हालातां तों बिल्कुल जाणू आ वी इस वेले देश दे विच की हो रहा है, पूरी दुनिया दे विच की हो रहा है, आंकड़े जिहड़े ने उह सानूं की कहिंदे ने, उस डरावणे किन्ने ने इह वी असी देख रहे हां, पर असी किते ना किते समझण दी कोशिश नहीं कर रहे, ना ते अपने आप नूं ना ते प्रशासन नूं, सानूं बस इह होड़ लगी होई है वी अच्छा कोई असी किसे तरीके नाल घर पहुंच जाईए, तां असी बस इही अपील करदे हां अपने माध्यम दे राही वी अपने पहला लैवल ते चैक जरूर कर लिए भी जिदे मगर असी लग रहे हैं भी ओह उस लायक है भी कि नहीं, वो सानू सच्ची करे पहुंचाना चाहता भी है कि नहीं, ओदे पिछे किसी की कोई होर मंशा था नहीं, आ सारी चीजा जांचण तो बाद ही असी कोई अगे स्टैप लईए, पहला तो यही रखिए भी असी जिथे हैगे इस वेले अपने आप नूं उत्थे सुरक्षित रखिए, सेफ रखिए, ते घर दे अंदर रखिए, ते लोकां दे संपर्क दे विच ज्यादा ना आईए, तो मैनूं लगदा भी वेला भी रवि जी साडे जाण दा हो चलिया जी। जी बिल्कुल, तो असं अगली बार फिर हाजिर हो जाएंगे, दिल दिया गल्ला होर भी बहुत सी जो थोड़े नाल करनिया सी, पर वेला जिहड़ा है इजाजत नहीं दे रहा, तद तक लई तुसीं देखदे रहो विजन पंजाब टीवी, हर कदम तुहाडे नाल। तुहाडे नाल।